ਪ੍ਰੋਗਰਾਮ ਸੰਵਾਦ ਵਿੱਚ ਜਲੰਧਰ ਦੂਰਦਰਸ਼ਨ ਦੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਡਾ ਜੋ ਵਿਸ਼ਾ ਹੈ ਸਾਈਬਰ ਕ੍ਰਾਈਮ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦੇ ਇਸ ਬਹੁਤ ਵੱਡੇ ਆਧੁਨਿਕ ਜਿੱਥੇ ਕਿ IT ਜਿਹੜੀ ਇੰਡਸਟਰੀ ਹੈ ਬਹੁਤ ਅੱਗੇ ਨਿਕਲ ਚੁੱਕੀ ਹੈ ਔਰ ਸਾਰਾ ਵਿਸ਼ਵ ਜਿਹੜਾ ਹੈ ਉਹ ਇੱਕ ਛੋਟਾ ਜਿਹਾ ਪਿੰਡ ਬਣ ਕੇ ਰਹਿ ਗਿਆ ਹੈ। ਅੱਜ ਸ਼ਾਇਦ ਹੀ ਕੋਈ ਵਿਅਕਤੀ ਦੁਨੀਆ 'ਚ ਹੋਏਗਾ ਜਿਹੜਾ ਸੋਸ਼ਲ ਮੀਡੀਆ ਨਾਲ ਲਿੰਕ ਨਹੀਂ ਹੈ। ਜਦੋਂ ਵੀ ਸਾਇੰਸ ਦੀ ਕੋਈ ਬਹੁਤ ਵੱਡੀ ਇਜ਼ਾਦ ਹੁੰਦੀ ਹੈ ਤਾਂ ਉਹ ਮਾਨਵਤਾ ਨੂੰ ਬਹੁਤ ਵੱਡੀਆਂ ਸਹੂਲਤਾਂ ਫਰਾਹਮ ਕਰਦੀ ਹੈ, ਲੇਕਿਨ ਇਹਨਾਂ ਸਹੂਲਤਾਂ ਦੇ ਨਾਲ ਨਾਲ ਹੀ ਕੁਝ ਐਸੀਆਂ ਚੀਜ਼ਾਂ ਵੀ ਉੱਠਦੀਆਂ ਹਨ ਕਿ ਇਹ ਸਹੂਲਤਾਂ ਜਿਹੜੀਆਂ ਹਨ ਉਹ ਸਾਡੀਆਂ ਫੈਸਿਲਿਟੀਜ਼ ਜਿਹੜੀਆਂ ਨੇ ਉਹ ਸਾਡੇ ਵਾਸਤੇ ਚੈਲੰਜ ਬਣ ਜਾਂਦੀਆਂ ਨੇ। ਇਸ ਤਰ੍ਹਾਂ ਦੀ ਹੀ ਇੱਕ ਚੈਲੰਜ ਭਰੀ ਜਿਹੜੀ ਸਥਿਤੀ ਹੈ ਉਹ ਸਾਡੀ ਅੱਜ ਹੈ ਸਾਈਬਰ ਕ੍ਰਾਈਮ। ਸਾਈਬਰ ਕ੍ਰਾਈਮ ਅਸਲ ਵਿੱਚ ਕੰਪਿਊਟਰ ਨਾਲ ਜੁੜੀ ਹੋਈ ਇੱਕ ਐਸੀ ਚੀਜ਼ ਹੈ ਜੋ ਕਿ ਸਾਨੂੰ ਇੱਕ ਆਮ ਆਦਮੀ ਨੂੰ ਜਿਹੜਾ ਮੋਬਾਈਲ ਯੂਜ਼ ਕਰ ਰਿਹਾ ਹੈ ਜਾਂ ਜਿਹੜਾ ਕੰਪਿਊਟਰ ਯੂਜ਼ ਕਰ ਰਿਹਾ ਹੈ ਉਹਨੂੰ ਬਹੁਤ ਸਾਰੇ ਚੈਲੰਜਸ ਜਿਹੜੇ ਨੇ ਉਹ ਮਿਲ ਚੁੱਕੇ ਹਨ। ਕੋਈ ਵੀ ਇਲੀਗਲ ਜਾਂ ਅਨਆਥੋਰਾਈਜ਼ਡ ਅਸੀਂ ਕੋਈ ਵੀ ਇਸਤੇਮਾਲ ਜਿਹੜਾ ਹੈ ਉਹ ਮੋਬਾਈਲ 'ਤੇ ਜਾਂ ਆਪਣੇ ਕੰਪਿਊਟਰ ਦੇ ਉੱਤੇ ਯੂਜ਼ ਕਰਦੇ ਹਾਂ ਤਾਂ ਉਹ ਸਾਈਬਰ ਕ੍ਰਾਈਮ ਹੀ ਕਹਿਲਾਉਂਦਾ ਹੈ। ਅੱਜ ਸਾਨੂੰ ਬਹੁਤ ਸਾਰੇ ਸਾਡੇ ਮੋਬਾਈਲ 'ਤੇ ਜਾਂ ਕੰਪਿਊਟਰ 'ਤੇ ਇਸ ਤਰ੍ਹਾਂ ਦੇ ਮੈਸੇਜਿਸ ਆਉਂਦੇ ਨੇ, ਫੋਟੋਜ਼ ਆ ਜਾਂਦੀਆਂ ਨੇ, ਈਮੇਲਸ ਆ ਜਾਂਦੀਆਂ ਨੇ, ਅਸੀਂ ਬੈਂਕ ਨਾਲ ਜੁੜੇ ਹੋਏ ਹਾਂ ਜਾਂ ਬੈਂਕ ਵੱਲੋਂ ਸਾਨੂੰ ਕੁਛ ਇਸ ਤਰ੍ਹਾਂ ਦੀਆਂ ਸੂਚਨਾਵਾਂ ਆਉਂਦੀਆਂ ਹਨ ਜਿਹਨੂੰ ਦੇਖ ਕੇ ਅਸੀਂ ਬਹੁਤ ਜਲਦੀ ਵਿਚਲਿਤ ਹੋ ਜਾਂਦੇ ਹਾਂ ਔਰ ਉਹਦੇ ਨਾਲ ਹੀ ਅਸੀਂ ਕੁਝ ਐਸਾ ਕਰ ਪਾਉਂਦੇ ਹਾਂ ਕਿ ਜਿਹਦੇ ਵਿੱਚ ਅਸੀਂ ਸਾਈਬਰ ਕ੍ਰਾਈਮ ਦੇ ਇਸ ਜਾਲ ਵਿੱਚ ਫਸ ਜਾਂਦੇ ਹਾਂ। ਇਸ ਸਾਰੇ ਹੀ ਮੌਜੂਦ 'ਤੇ ਅਸੀਂ ਤਫਸੀਲ ਨਾਲ ਜਿਹੜੀ ਹੈ ਉਹ ਅੱਜ ਗੱਲ ਕਰਾਂਗੇ ਆਪਣੇ ਮਾਹਰੀਨ ਨਾਲ, ਲੇਕਿਨ ਸ਼ਰੋਤਾ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਜੁੜ ਸਕਦੇ ਨੇ। ਸਾਡੇ ਨੰਬਰ ਹਨ 0181-282-4461 ਔਰ 282-4464। ਅੱਜ ਮਾਹਿਰਨ ਪੈਨਲ ਦੇ ਵਿੱਚ ਮੇਰੇ ਕੋਲ ਜਿਹੜੇ ਲੋਕ ਸ਼ਾਮਿਲ ਹਨ ਉਹ ਹਰਸ਼ ਕੁਮਾਰ ਵਰਮਾ ਹਨ ਜੋ ਕਿ ਪ੍ਰੋਫੈਸਰ ਐਂਡ ਹੈੱਡ ਕੰਪਿਊਟਰ ਸਾਇੰਸ NIT ਜਲੰਧਰ ਤੋਂ ਹਨ ਔਰ ਸਾਡੇ ਦੂਸਰੇ ਮਾਹਿਰ ਨੇ ਅੰਕੁਰ ਸੋਢੀ ਜੋ ਕਿ ਐਸੋਸੀਏਟ ਡੀਨ ਹਨ ਸਾਡੇ LPU ਤੋਂ ਔਰ ਨੈੱਟਵਰਕਿੰਗ ਸਿਕਿਉਰਿਟੀ ਐਕਸਪਰਟ ਹਨ। ਮੇਰਾ ਸਭ ਤੋਂ ਪਹਿਲਾ ਸਵਾਲ ਜਿਹੜਾ ਹੈ ਉਹ ਹਰਸ਼ ਕੁਮਾਰ ਵਰਮਾ ਜੀ ਨੂੰ ਕਿ ਸਰ ਇੱਕ ਆਮ ਆਦਮੀ ਨੂੰ ਇਹ ਜਿਹੜਾ ਸਾਈਬਰ ਕ੍ਰਾਈਮ ਹੈ ਉਸ ਨੂੰ ਪ੍ਰਭਾਸ਼ਿਤ ਕੀਤਾ ਜਾਏ ਅਤੇ ਕੀ ਚੈਲੰਜਿਸ ਜਿਹੜੇ ਨੇ ਉਹ ਉਹ ਤੋਂ ਮੁਤਲਾਹ ਹੁੰਦਾ ਹੈ ਸਾਡਾ ਇੱਕ ਆਮ ਜਿਹੜਾ ਵਿਅਕਤੀ ਹੈ ਜਾਂ ਇੱਕ ਆਮ ਸਿਟੀਜ਼ਨ ਹੈ। ਪ੍ਰਸ ਸਾਹਿਬ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸਾਈਬਰ ਕ੍ਰਾਈਮ ਬਾਰੇ, ਇੱਕ ਇਸ ਤਰ੍ਹਾਂ ਦਾ ਕ੍ਰਾਈਮ ਹੈ ਜਿਹੜਾ ਔਨਲਾਈਨ ਜਿੱਦਾਂ ਡਿਵਾਈਸਿਸ ਹਨ ਜਿਹੜੀਆਂ ਸਾਡੇ ਕੋਲ ਅਸੀਂ ਰੋਜ਼ਮਰਰਾ ਡਿਵਾਈਸਿਸ ਆਪਾਂ ਯੂਜ਼ ਕਰਦੇ ਹਾਂ ਜੀ, ਜਿਸ ਤਰ੍ਹਾਂ ਸਾਡਾ ਕੰਪਿਊਟਰ ਹੋ ਗਿਆ ਜਾਂ ਲੈਪਟਾਪ ਹੈ ਜਾਂ ਸਾਡੇ ਕੋਲ ਮੋਬਾਈਲ ਹੈ ਜਾਂ ਟੈਬ ਹੈ, ਅਸੀਂ ਇਹੋ ਜਿਹੀਆਂ ਡਿਵਾਈਸਿਸ ਨਾਲ ਮਿਲ ਕੇ ਜੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਕਿਸੇ ਨੂੰ ਤੰਗ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਆਪਾਂ ਕਹਾਂਗੇ ਕਿ ਉਹ ਇੱਕ ਸਾਈਬਰ ਕ੍ਰਾਈਮ ਵੱਲ ਅਸੀਂ ਅੱਗੇ ਵੱਧ ਰਹੇ ਹਾਂ। ਕੁਛ ਸਾਨੂੰ ਇਹਦੀਆਂ ਐਗਜ਼ਾਮਪਲਸ ਦੇ ਕੇ, ਮਤਲਬ ਕੰਪਿਊਟਰ, ਲੈਪਟਾਪ ਔਰ ਮੋਬਾਈਲ ਦੀਆਂ। ਜੀ ਜੀ, ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਅਸੀਂ ਕੁਛ ਮੇਲਸ ਪਾ ਕੇ ਕਿਸੇ ਨੂੰ ਅਸੀਂ ਤੰਗ ਕਰ ਰਹੇ ਹਾਂ, ਸਾਈਬਰ ਸਟਾਕਿੰਗ ਕਹਿ ਦਿੰਦੇ ਹਾਂ ਆਪਾਂ, ਰਾਈਟ, ਜਾਂ ਸਾਈਬਰ ਬੁਲਿੰਗ ਕਹਿ ਦਿੰਦੇ ਹਾਂ, ਕਿਸੇ ਨੂੰ ਸੋਸ਼ਲ ਮੀਡੀਆ ਰਾਹੀਂ ਆਪਾਂ ਤੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਅਨਨੈਸੈਸਰੀਲੀ ਐਸੇ ਮੈਸੇਜ ਪਾ ਦਿੰਦੇ ਹਾਂ, ਫੇਸਬੁੱਕ 'ਤੇ ਇਹੋ ਜਿਹੇ ਧਾਰਮਿਕ ਮੈਸੇਜ ਪਾ ਦਿੰਦੇ ਹਾਂ ਜਿਹੜਾ ਕਿ ਬਹੁਤ ਸਾਰੀ ਵੱਡੀ ਕਮਿਊਨਿਟੀ ਨੂੰ ਅਸੀਂ ਇੱਕ ਟਾਰਗੇਟ ਕਰ ਲੈਂਦੇ ਹਾਂ ਜੀ, ਅਤੇ ਜਿਸ ਪੱਖੋਂ ਸਾਡੇ ਪਿੱਛੇ ਬਹੁਤ ਸਾਰੇ ਲੋਕ ਪੈ ਜਾਂਦੇ ਹਨ ਵੀ ਇੱਦਾਂ ਦੀ ਸਟੇਟਮੈਂਟ ਇਹਨਾਂ ਨੇ ਕਿਉਂ ਦਿੱਤੀ ਹੈ ਜਾਂ ਇੱਦਾਂ ਦੀ ਗੱਲ ਕਿਉਂ ਕਹੀ ਹੈ, ਚਾਹੇ ਉਹ ਫੇਸਬੁੱਕ 'ਤੇ ਹੈ ਚਾਹੇ ਉਹ ਟਵਿੱਟਰ 'ਤੇ ਹੈ। ਅਤੇ ਸਾਰੇ ਸੋਸ਼ਲ ਮੀਡੀਆ 'ਤੇ ਸਾਨੂੰ ਬੜਾ ਸੋਚ ਕੇ ਹੀ ਅੱਗੇ ਵਧਣਾ ਚਾਹੀਦਾ ਹੈ, ਸਾਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਹੈ ਕਿ ਆਪਾਂ ਕੁਛ ਵੀ ਕਰੀਏ ਅਤੇ ਸਾਡੇ 'ਤੇ ਕੋਈ ਐਕਸ਼ਨ ਨਹੀਂ ਹੋਣਾ ਜੀ। ਸਾਈਬਰ ਗਵਰਨਮੈਂਟ ਆਫ ਇੰਡੀਆ ਨੇ IT ਐਕਟ ਬਣਾਇਆ ਹੈ ਜਿਸ ਦੇ ਅੰਦਰ ਆਪਾਂ ਕੁਛ ਖਾਸ ਗੱਲਾਂ, ਜਿਸ ਤਰ੍ਹਾਂ ਆਪਾਂ ਕਿਸੇ ਨੂੰ ਫਾਈਨੈਂਸ਼ੀਅਲ ਲੌਸ ਹੋ ਰਿਹਾ ਜਿਸ ਨਾਲ ਕਿਸੇ ਨੂੰ ਆਪਾਂ ਇੱਦਾਂ ਦਾ ਕੁਛ ਪ੍ਰਲੋਭਨ ਵੀ ਨਹੀਂ ਦੇਣਾ ਕਿਸੇ ਨੂੰ ਜਾਂ ਕਿਸੇ ਨੂੰ ਆਪਾਂ ਗਾਲੀ ਗਲੋਚ ਜਾਂ ਕਿਸੇ ਦੀ ਆਪਾਂ ਕੋਈ ਅਸ਼ਲੀਲ ਫੋਟੋ ਹੈ ਅਸੀਂ ਉਹ ਨਹੀਂ ਕਰਕੇ ਪਾ ਸਕਦੇ ਤਾਂ ਕਿ ਕਿਸੇ ਨੂੰ ਕੋਈ ਨੁਕਸਾਨ ਅਨਨੈਸੈਸਰੀ ਹਰਾਸਮੈਂਟ ਨਾ ਹੋਵੇ। ਸੋਢੀ ਸਾਹਿਬ, ਇਹਨਾਂ ਨੇ ਗੱਲ ਕੀਤੀ ਹੈ ਕਿ ਇੱਕ IT ਐਕਟ ਜਿਹੜਾ ਹੈ ਉਹ ਬਣ ਚੁੱਕਾ ਹੈ, ਕੀ ਤੁਸੀਂ ਸੋਚਦੇ ਹੋ ਕਿ ਹਰ ਮੋਬਾਈਲ ਯੂਜ਼ ਕਰਨ ਵਾਲਾ ਯੂਜ਼ਰ ਜਾਂ ਲੈਪਟਾਪ ਯੂਜ਼ ਕਰਨ ਵਾਲਾ ਯੂਜ਼ਰ ਜਾਂ ਕੰਪਿਊਟਰ ਯੂਜ਼ ਕਰਨ ਵਾਲਾ ਯੂਜ਼ਰ ਉਹ ਇਸ ਦੀਆਂ ਸਾਰੀਆਂ ਜਿਹੜੀਆਂ ਇਹ 'ਚ ਪ੍ਰੀਕੋਸ਼ਨਸ ਨੇ ਜਾਂ ਡੂਜ਼ ਨੇ ਡੋਂਟਸ ਨੇ ਉਹ ਤੋਂ ਵਾਕਿਫ ਹੈ? ਜੇ ਨਹੀਂ ਵਾਕਿਫ ਤਾਂ ਸਾਡੇ ਸਰੋਤਾਂ ਨੂੰ ਤੁਸੀਂ ਦੱਸੋ ਕਿ IT ਐਕਟ ਕੀ ਹੈ ਔਰ IT ਐਕਟ ਨੂੰ ਸਾਹਮਣੇ ਰੱਖਦੇ ਹੋਏ ਅਸੀਂ ਜਿਹੜੇ ਸਾਡੇ ਹੈਕਰਸ ਨੇ ਜਾਂ ਜਿਹੜਾ ਇਸ ਦਾ ਦੁਰਉਪਯੋਗ ਕਰਦੇ ਆ ਅਸੀਂ ਉਹਨਾਂ ਵਿਰੁੱਧ ਕੀ ਸਟੈਪਸ ਲੈ ਸਕਦੇ ਹਾਂ? ਇਹ ਮੇਨ ਜਿਹੜੀ ਪ੍ਰੋਬਲਮ ਹੈ ਉਹ ਇਸੇ ਕਰਕੇ ਆਉਂਦੀ ਹੈ ਕਿ ਜਾਗਰੂਕਤਾ ਦੀ ਕਮੀ ਹੈ ਇਸ ਚੀਜ਼ ਨੂੰ ਲੈ ਕੇ ਜੀ।
ਲੋਕਾਂ ਨੂੰ ਅਵੇਅਰਨੈਸ ਨਹੀਂ ਹੈ ਇਸ ਚੀਜ਼ ਦੀ ਕਿ ਜਿਹੜੀ ਵੀ ਅਸੀਂ ਡਿਵਾਈਸ ਯੂਜ਼ ਕਰ ਰਹੇ ਹਾਂ, ਜੇ ਅਸੀਂ ਇੰਟਰਨੈਟ 'ਤੇ ਕਿਸੇ ਵੀ ਚੀਜ਼ ਦੀ ਵਰਤੋਂ ਕਰ ਰਹੇ ਹਾਂ ਜੀ, ਅਤੇ ਅਸੀਂ ਉਹਨੂੰ ਰੂਲਸ ਐਂਡ ਰੈਗੂਲੇਸ਼ਨਸ ਦੇ ਵਿੱਚ ਰਹਿ ਕੇ ਕਿੱਦਾਂ ਅਸੀਂ ਕਰ ਸਕਦੇ ਹਾਂ। ਅਤੇ ਮੇਰੇ ਖਿਆਲ ਨਾਲ ਜੇ ਅਵੇਅਰਨੈਸ ਦੀ ਜੇ ਗੱਲ ਕਰਾਂ, ਸੋਸਾਇਟੀ ਦੀ, ਐਜੂਕੇਸ਼ਨ ਇੰਸਟੀਟਿਊਟਸ ਦੀ, ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਚੀਜ਼ ਬਾਰੇ ਲੋਕਾਂ ਨੂੰ ਅਵੇਅਰ ਕਰਾਇਆ ਜਾਏ। ਹੁਣ ਕੋਈ ਵੀ ਜੇ ਇਸ ਤਰੀਕੇ ਦੀ ਹਰਕਤ ਕਰਦਾ ਹੈ ਜਿਹੜੀ ਕਿ ਇਲੀਗਲ ਹੈ, ਉਹ ਕਿਸ ਕਰਕੇ ਕਰ ਸਕਦਾ ਬੰਦਾ? ਜਾਂ ਤਾਂ ਕੋਈ ਫਾਈਨੈਂਸ਼ੀਅਲ ਗੇਨ ਲੈਣਾ ਹੋਵੇ ਬੰਦੇ ਨੇ, ਬੰਦੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਤੁਹਾਡੀ ਟਰੈਕ ਕਰਦੇ ਨੇ, ਤਾਂ ਬੈਂਕਿੰਗ ਹੋ ਗਈ, ਮਤਲਬ ਬੈਂਕਿੰਗ ਹੋ ਗਿਆ, ਇੱਕ ਸਰਵਿਸ ਹੋ ਗਈ, ਬਿਲਕੁਲ ਜੀ ਬਿਲਕੁਲ, ਇੱਕ ਸਰਵਿਸ ਹੋ ਗਈ, ਬੈਂਕਿੰਗ ਹੋ ਗਿਆ। ਦੂਜਾ ਕਿਸੇ ਤਰੀਕੇ ਦੀ ਕਿਸੇ ਨਾਲ ਹਰਾਸਮੈਂਟ ਕਰਨ ਲਈ, ਕਿਸੇ ਨੂੰ ਤੰਗ ਕਰਨ ਲਈ, ਮੇਨ ਇਹੀ ਦੋ ਕਾਰਨ ਹੁੰਦੇ ਆ ਜਿਸ 'ਤੇ, ਜਿਸ ਕਰਕੇ ਜੇ ਅਸੀਂ ਅਵੇਅਰਨੈਸ ਕ੍ਰੀਏਟ ਕਰੀਏ, ਜਿਹੜੇ ਹੈਕਰਸ ਹੈਗੇ ਜੀ ਉਹਨਾਂ ਨੂੰ ਰੂਲਸ ਦਾ ਪਤਾ ਹੈ, ਅਤੇ ਉਹ ਜਿਹੜੀ ਚੀਜ਼ਾਂ ਨੂੰ ਸਾਨੂੰ ਨਹੀਂ ਪਤਾ ਉਹਨੂੰ ਹੀ ਐਕਸਪਲੋਇਟ ਕਰਨ ਦੀ, ਉਹੀ ਜਿਹੜੇ ਅਸੀਂ ਚੀਜ਼ਾਂ ਛੱਡੀਆਂ ਹੋਈਆਂ ਓਪਨ ਦੇ ਵਿੱਚ ਉਹਨਾਂ ਨੂੰ ਯੂਜ਼ ਕਰਕੇ ਉਹ ਸਾਨੂੰ ਤੰਗ ਕਰਨ ਦੀ ਕੋਸ਼ਿਸ਼ ਕਰਦੇ। ਮੰਮੀ ਜੀ, ਇਹਦੀਆਂ ਮੈਨੂੰ ਕਿਸਮਾਂ ਦੱਸੋ ਤੁਸੀਂ, ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ ਕਿ ਬੁਲਿੰਗ ਹੈ, ਸਟਾਕਿੰਗ ਹੈ, ਜਾਂ ਵਾਇਰਸ ਹੈ, ਜਾਂ ਕ੍ਰੈਡਿਟ ਕਾਰਡ ਹੈ ਉਹਦੀ ਫਰੋਡਲੈਂਟ ਜਿਹੜੀ ਕਰਦੇ ਆ, ਹੋਰ ਇਹਦੀਆਂ ਕੀ ਕਿਸਮਾਂ ਇਹੋ ਜਿਹੀਆਂ ਜੋ ਸਾਡਾ ਸ਼ਰੋਤਾ ਜਾਣ ਸਕਦਾ ਵੀ ਕਿੱਥੇ ਕਿੱਥੇ ਉਹ ਇਹ 'ਚ ਫਸ ਸਕਦਾ? ਹਾਂਜੀ ਹਾਂਜੀ, ਇੱਕ ਤਾਂ ਸਾਡੇ ਕੋਲ ਅਸੀਂ ਆਈਡੈਂਟੀ ਥੈਫਟ ਦੀ ਗੱਲ ਹੁੰਦੀ ਹੈ ਜੀ। ਬਹੁਤ ਸਾਰੇ ਲੋਕ ਜਿਹੜੇ ਹੈ ਸਾਡਾ ਪਾਸਵਰਡ ਜਾਣਨਾ ਚਾਹੁੰਦੇ ਹਨ ਜੀ, ਔਰ ਉਹ ਸਾਡਾ ਪਾਸਵਰਡ ਯੂਜ਼ ਕਰਕੇ ਕਈ ਤਰ੍ਹਾਂ ਤਰੀਕੇ ਨਾਲ ਸਾਨੂੰ ਹਾਰਮ ਕਰਨਾ ਚਾਹੁੰਦੇ ਹਨ। ਤਾਂ ਮੈਂ ਇਹ ਖਾਸ ਤੌਰ 'ਤੇ ਕਹਾਂਗਾ ਕਿ ਜਿਹੜੀ ਬੈਸਟ ਪ੍ਰੈਕਟਿਸ ਹੈ ਜਿਹੜੀ ਉਹ ਸਾਨੂੰ ਦੇਖਣੀ ਚਾਹੀਦੀ ਹੈ ਜੀ, ਕਿ ਜਿਸ ਤਰ੍ਹਾਂ ਅਸੀਂ ਆਪਣੇ ਘਰ ਵਿੱਚ ਆਪਣੇ ਜੋ ਕੋਈ ਜਵੈਲਰੀ ਹੈ ਜਾਂ ਕੋਈ ਖਾਸ ਡਾਕੂਮੈਂਟਸ ਹਨ ਜਾਂ ਪੈਸੇ ਹਨ, ਅਸੀਂ ਨਹੀਂ ਦੱਸਦੇ ਕਿਸੇ ਖਾਸ ਦੋਸਤ ਨੂੰ ਵੀ ਨਹੀਂ ਦੱਸਦੇ ਵੀ ਅਸੀਂ ਜਿਹੜੀਆਂ ਸਾਡੀ ਇੰਪੋਰਟੈਂਟ ਸੀਕ੍ਰੇਟ ਚੀਜ਼ਾਂ ਨੇ ਜਿਹਦੇ ਨਾਲ ਸਾਡੇ ਤੋਂ ਕੋਈ ਬੰਦਾ ਸਾਡੇ 'ਤੇ ਅਟੈਕ ਕਰ ਸਕਦਾ ਅਤੇ ਇਸੇ ਤਰ੍ਹਾਂ ਸਾਨੂੰ ਆਪਣਾ ਪਾਸਵਰਡ ਕਦੇ ਰਿਵੀਲ ਨਹੀਂ ਕਰਨਾ ਚਾਹੀਦਾ ਜੀ, ਆਪਣੇ ਦੋਸਤਾਂ ਨਾਲ ਵੀ, ਆਪਣੇ ਬ੍ਰਦਰ ਸਿਸਟਰ ਨਾਲ ਵੀ ਜੀ, ਜਾਂ ਕਿਸੇ ਖਾਸ ਤੌਰ 'ਤੇ ਆਪਣਾ ਪਾਸਵਰਡ ਆਪਣੇ ਕੋਲ ਰੱਖਣਾ ਚਾਹੀਦਾ ਹੈ। ਅਤੇ ਰੈਗੂਲਰਲੀ ਸਾਨੂੰ ਆਪਣਾ ਪਾਸਵਰਡ ਜਿਹੜਾ ਹੈ ਇੱਕ ਸਟਰੋਂਗ ਪਾਸਵਰਡ ਰੱਖਣਾ ਚਾਹੀਦਾ ਹੈ, ਔਰ ਪਾਸਵਰਡ ਚੇਂਜ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਅਗਰ ਕਿਸੇ ਸਾਈਟ 'ਤੇ ਅਸੀਂ ਗਲਤ ਜਗ੍ਹਾ 'ਤੇ ਅਸੀਂ ਪਾਸਵਰਡ ਭਰ ਚੁੱਕੇ ਹਾਂ ਅਤੇ ਉਹ ਸਾਡੇ 'ਤੇ ਅਟੈਕ ਸਾਡੇ 'ਤੇ ਨਾ ਹੋਵੇ, ਕਿਉਂਕਿ ਬਾਏ ਦਾ ਟਾਈਮ ਅਸੀਂ ਪਾਸਵਰਡ ਹੀ ਚੇਂਜ ਕਰ ਦਿੱਤਾ ਆਪਣਾ ਜੀ ਜੀ। ਅਤੇ ਇਹ ਸਰ ਇਹ ਚੀਜ਼ ਦਾ ਪਹਿਲੇ ਨੰਬਰ 'ਤੇ ਸਾਨੂੰ ਧਿਆਨ ਰੱਖਣਾ ਚਾਹੀਦਾ। ਇੱਕ ਸਟਰੋਂਗ ਪਾਸਵਰਡ ਹੈ ਜਿਹੜਾ, ਮਤਲਬ ਅਸੀਂ 10 ਕਰੈਕਟਰ ਦਾ ਪਾਸਵਰਡ ਕਹਿੰਦੇ ਹਾਂ ਜੀ, ਜਿਹਦੇ 'ਚ ਅਸੀਂ ਸਪੈਸ਼ਲ ਕਰੈਕਟਰ, ਹੁਣ ਅੱਜ ਕੱਲ੍ਹ ਅਸੀਂ ਹਰ ਤਰ੍ਹਾਂ ਦੀ ਚੀਜ਼ ਯੂਜ਼ ਕਰਦੇ ਹਾਂ, ਜਿਸ ਤਰ੍ਹਾਂ ਈਮੇਲ ਹੋ ਗਏ ਆ, ਸਾਡੇ ਕੋਲ ਪਿੰਨ ਨੰਬਰ ਹੈਗੇ ਆ, ਕਈ ਤਰ੍ਹਾਂ ਦੇ ਸਾਡੇ ਕੋਲ ਵੈਬਸਾਈਟਸ 'ਤੇ ਅਸੀਂ ਜਾਂਦੇ ਹਾਂ, ਸਾਨੂੰ ਸਾਡਾ ਪਾਸਵਰਡ ਸਾਨੂੰ ਕ੍ਰੀਏਟ ਕਰਨਾ ਪੈਂਦਾ ਹੈ ਜੀ। ਤਾਂ ਮੇਰੀ ਰਾਏ ਇਹ ਰਹੂਗੀ ਕਿ ਹਰ ਜਗ੍ਹਾ 'ਤੇ ਤੁਸੀਂ ਆਪਣਾ ਅਲੱਗ ਪਾਸਵਰਡ ਰੱਖੋ ਅਤੇ ਉਹ ਪਾਸਵਰਡ ਤੁਸੀਂ ਚੇਂਜ ਕਰਦੇ ਰਹੋ ਜੀ। ਅਤੇ ਪਾਸਵਰਡ ਵੀ ਇਹੋ ਜਿਹਾ ਹੋਵੇ ਜਿਹੜਾ ਕਿ ਟਫ ਪਾਸਵਰਡ ਹੋਵੇ, ਜਿਹੜਾ ਕਿ ਤੁਹਾਡੇ ਆਪਣੀ ਵਾਈਫ ਦੇ ਨਾਂ 'ਤੇ ਜਾਂ ਬੱਚੇ ਦੇ ਨਾਂ 'ਤੇ ਜਾਂ ਇਸ ਤਰ੍ਹਾਂ ਈਜ਼ੀ ਐਕਸੈਸ ਨਾ ਹੋਵੇ ਰਾਈਟ। ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਕੋਈ, ਮੈਂ ਕਹੂੰਗਾ ਟਫ ਪਾਸਵਰਡ, ਜਿੱਦਾਂ ਸਟਰੋਂਗ ਪਾਸਵਰਡ ਕਹਿੰਦੇ ਹਨ ਜੀ ਜੀ, ਜਿੱਦਾਂ ਕੋਈ ਸੈਂਟੈਂਸ ਅਸੀਂ ਆਪਾਂ ਰੱਖ ਲਈਏ ਯਾਦ ਅਤੇ ਉਹਦਾ ਪਹਿਲਾ ਕਰੈਕਟਰ ਆਪਾਂ ਲਿਖ ਲਈਏ ਤਾਂ ਉਹ ਟਫ ਪਾਸਵਰਡ ਹੋ ਜਾਂਦਾ ਹੈ। ਓਕੇ, ਜਾਂ ਕੋਈ ਹੋਰ ਚੀਜ਼ ਯਾਦ ਰੱਖ ਲਈਏ ਤਾਂ ਵੀ ਉਹ ਵੀ ਪਹਿਲਾ ਪਾਸਵਰਡ ਰੱਖ ਸਕਦੇ ਹਾਂ ਆਪਾਂ ਜੀ ਜੀ। ਜਾਂ ਕੋਈ ਨੰਬਰ ਆਈ ਨੂੰ ਰਿਪਲੇਸ ਕਰਕੇ ਸਾਈਨ ਆਫ ਐਕਸਪਲੇਨੇਸ਼ਨ ਕੋਈ ਆਪਾਂ ਵਰਡ ਯਾਦ ਰੱਖ ਲਈਏ ਤਾਂ ਮਤਲਬ ਈਜ਼ੀਲੀ ਐਕਸੈਸ ਨਾ ਹੋਏ ਔਰ ਉਹਨੂੰ ਉੱਤਰ ਹੈਕਰ ਦਾ ਤਸੱਵਰ ਵੀ ਨਾ ਕਰ ਸਕੇ, ਇਸ ਤਰ੍ਹਾਂ ਦਾ ਪਾਸਵਰਡ ਹੋਏ ਜਿਹੜਾ ਕਿ ਸਾਨੂੰ ਆਪ ਨੂੰ ਵੀ ਮਤਲਬ ਔਖੇ ਹੋ ਕੇ ਟਾਈਪ ਕਰਨਾ ਪਵੇ, ਈਜ਼ੀ ਨਹੀਂ ਹੋਣਾ ਚਾਹੀਦਾ। ਵੈਰੀ ਗੁੱਡ। ਮੇਰਾ ਸੋਢੀ ਸਾਹਿਬ ਤੁਹਾਡੇ ਨਾਲ ਇੱਕ ਸਵਾਲ ਹੈਗੇ ਕਿ ਜਿੰਨੀਆਂ ਗੱਲਾਂ ਸਾਨੂੰ ਵਰਮਾ ਸਾਹਿਬ ਨੇ ਦੱਸੀਆਂ ਵੀ ਇਹ ਚੀਜ਼ਾਂ ਇੰਪੋਰਟੈਂਟ ਨੇ, ਟਫ ਪਾਸਵਰਡ ਹੋਣਾ ਚਾਹੀਦਾ ਹੈ ਔਰ ਇਹਨੂੰ ਚੇਂਜ ਕਰਦੇ ਰਹਿਣਾ ਚਾਹੀਦਾ, ਮੇਰੇ ਖਿਆਲ ਹੈ ਕਿ ਅਸੀਂ ਇੱਕ ਉਸ ਵਰਗ ਦੇ ਲੋਕ ਹਾਂ ਜਿਹੜੇ ਪੜ੍ਹੇ ਲਿਖੇ ਵਰਗ ਦੇ ਹਾਂ, ਟੀਚਰਸ ਹਾਂ, ਪ੍ਰੋਫੈਸਰਸ ਹਾਂ, ਅਸੀਂ ਇਹਨਾਂ ਚੀਜ਼ਾਂ ਨੂੰ ਬੜੀ ਜਲਦੀ ਲੈ ਲੈਣਾ, ਲੇਕਿਨ ਬਹੁਤ ਵੱਡਾ ਬਲਕ ਭਾਰਤ ਵਿੱਚ ਜਿਹੜਾ ਹੈ ਉਹ ਅੱਜ ਵੀ ਅਨਪੜ੍ਹ ਹੈ, ਲੇਕਿਨ ਡਿਵਾਈਸ ਉਹਦੇ ਕੋਲ ਆ ਗਈ ਹੈ, ਡਿਵਾਈਸ ਅੱਜ ਹਰ ਬੰਦਾ ਯੂਜ਼ ਕਰਨਾ ਚਾਹੁੰਦਾ ਹੈ। ਕਈ ਅਸੀਂ ਲੋਕਾਂ ਨੂੰ ਪੁੱਛਦੇ ਹਾਂ ਵੀ ਤੁਹਾਡੇ ਕੋਲ ਮੋਬਾਈਲ ਆ ਕਹਿੰਦਾ, ਮੈਂ ਕਹਿੰਦਾ ਅਤੇ ਮੈਨੂੰ ਈਮੇਲ ਕਰ, ਨਹੀਂ ਕਹਿੰਦਾ ਮੈਨੂੰ ਸੁਣਨਾ ਤਾਂ ਕਰਨਾ ਹੀ ਆਉਂਦਾ। ਸਰ ਜਿਹੜੇ ਇਸ ਤਰ੍ਹਾਂ ਦੇ ਸਾਡੇ ਯੂਜ਼ਰਸ ਨੇ ਜਾਂ ਜਿਹੜੇ ਸਾਡੇ ਇਸ ਤਰ੍ਹਾਂ ਦੇ ਲੋਕ ਨੇ, ਉਹਨਾਂ ਨੂੰ ਉਹਨਾਂ ਵਾਸਤੇ ਦੱਸੋ ਕਿ ਉਹ ਕੀ ਪ੍ਰੀਵੈਂਟਿਵ ਮੈਸ਼ਰਸ ਲੈਣ ਜਿਹੜੇ ਕਿ ਉਹ ਇਸ ਕ੍ਰਾਈਮ ਜਿਹੜੀ ਸਾਈਬਰ ਕ੍ਰਾਈਮ ਹੈ, ਜਿਹਦੀ ਹੈਕਿੰਗ ਹੈ, ਫਿਸ਼ਿੰਗ ਹੈ, ਜਾਂ ਹੋਰ ਬੁਲਿੰਗ ਹੈ ਜਾਂ ਹੋਰ ਚੀਜ਼ਾਂ ਨੇ, ਉਹ ਤੋਂ ਕਿਸ ਤਰ੍ਹਾਂ ਆਪਣੇ ਆਪ ਨੂੰ ਮਹਿਫੂਜ਼, ਮਤਲਬ ਸੁਰੱਖਿਅਤ ਰੱਖ ਸਕਦੇ। ਇੱਕ ਆਮ ਆਦਮੀ ਜਿਹਦੇ ਕੋਲ ਇਹ ਡਿਵਾਈਸ ਹੈਗੀ ਹੈ ਲੇਕਿਨ ਉਹ ਫਸ ਸਕਦਾ ਇਹਦੇ ਵਿੱਚ, ਇੱਕ ਆਮ ਆਦਮੀ ਕੀ ਪ੍ਰੀਵੈਂਟਿਵ ਮੈਸ਼ਰ ਲਏ ਤਾਂ ਕਿ ਉਹ ਇਹ ਤੋਂ ਬਚਾ ਰਿਹਾ? ਜੀ, ਜਿਹੜੇ ਅਟੈਕਰ ਹੈਗੇ ਜੀ, ਸਭ ਤੋਂ ਪਹਿਲੇ ਉਹ ਇਹੀ ਜਿਹੜਾ ਵਰਗ ਹੈਗਾ ਉਹਨੂੰ ਹੀ ਅਟੈਕ ਕਰਨ ਦੀ ਕੋਸ਼ਿਸ਼ ਕਰਦੇ, ਕਿਉਂਕਿ ਜੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜਾ ਪੜ੍ਹਾ ਲਿਖਿਆ ਇਨਸਾਨ ਹੈ ਉਹ ਫਿਰ ਵੀ ਚੀਜ਼ ਨੂੰ ਥੋੜ੍ਹਾ ਦੇਖ ਕੇ ਕਰੇਗਾ ਜੀ, ਪਰ ਇਹ ਜਿਹੜਾ ਵਰਗ ਹੈ ਬੜੀ ਜਲਦੀ ਵਿਚਲਿਤ ਹੋ ਜਾਂਦਾ ਜੀ। ਅਤੇ ਇਸੇ ਕਰਕੇ ਸਭ ਤੋਂ ਪਹਿਲੀ ਚੀਜ਼ ਜਿਹੜੀ ਮੈਂ ਸਲਾਹ ਦੇਣਾ ਚਾਹੂੰਗਾ ਉਹ ਇਹੀ ਹੈ ਕਿ ਕਿਸੇ ਥੋੜ੍ਹੀਆਂ ਜਿਹੀਆਂ ਗੱਲਾਂ ਸਾਨੂੰ ਦੱਸੋ, ਜਿੱਦਾਂ ਸਾਡੇ ਘਰ ਦੇ ਵਿੱਚ ਇੱਕ ਹਾਊਸ ਵਾਈਫ, ਓਲਡ ਹਾਊਸ ਵਾਈਫ ਹੈ, ਹਾਂਜੀ ਠੀਕ ਹੈ, ਇੱਕ ਕੋਈ ਅਨਪੜ੍ਹ ਜਿਹੜਾ
ਠੀਕ ਹੈ ਇਸ ਤਰ੍ਹਾਂ ਦੇ ਜਿਹੜੇ ਬੰਦੇ ਉਹ ਕੀ ਚੀਜ਼ਾਂ ਲੈਣ ਆਪਣੇ ਦੇਖੋ ਜੀ ਬੜੀ ਬੇਸਿਕ ਜੀ ਗੱਲ ਹੈ ਜੇ ਤੁਸੀਂ ਘਰ ਦਾ ਆਪਾਂ ਮਾਹੌਲ ਦੇਖੀਏ ਜੀ ਆਪਾਂ ਕਿਸੇ ਨੂੰ ਜੇ ਨਹੀਂ ਜਾਣਦੇ ਆਪਾਂ ਘਰ ਦੇ ਵਿੱਚ ਉਹਨੂੰ ਨਹੀਂ ਵੜਨ ਦੇਣਾ ਜੀ ਠੀਕ ਹੈ ਜੀ ਪੂਰੀ ਆਪਾਂ ਜਾਂਚ ਪੜਤਾਲ ਕਰਾਂਗੇ ਵੈਰੀ ਗੁੱਡ ਇਹੀ ਚੀਜ਼ ਇੱਥੇ ਵੀ ਲਾਗੂ ਹੁੰਦੀ ਹੈ ਜੀ ਕਿਉਂਕਿ ਸਾਡੇ ਕੋਲ ਮੋਬਾਈਲ ਫੋਨ ਹੈ ਅਤੇ ਅਸੀਂ ਸਾਨੂੰ ਲੱਗਦਾ ਹੈ ਕਿ ਅਸੀਂ ਬੜੀ ਜਲਦੀ ਇਸ ਚੀਜ਼ 'ਤੇ ਰਿਐਕਟ ਕਰ ਸਕਦੇ ਹਾਂ ਜੀ ਜੀ ਇਸ ਕਰਕੇ ਲੋਕ ਇਸ ਚੱਕਰ ਦੇ ਵਿੱਚ ਫਸ ਜਾਂਦੇ ਆ ਓਕੇ ਅਤੇ ਸਭ ਤੋਂ ਪਹਿਲੀ ਗੱਲ ਹੈ ਕਿ ਵਿਚਲਿਤ ਨਹੀਂ ਹੋਣਾ ਕੋਈ ਵੀ ਮੈਸੇਜ ਦੇਖ ਕੇ ਤੁਹਾਨੂੰ ਮੈਸੇਜ ਆਏਗਾ ਬੈਂਕ ਵੱਲੋਂ ਕਿ ਤੁਹਾਡਾ ਖਾਤਾ ਬੰਦ ਹੋ ਗਿਆ ਹੈ ਤੁਹਾਡੇ 50,000 ਰੁਪਏ ਤੁਹਾਡੇ ਖਾਤੇ 'ਚੋਂ ਨਿਕਲ ਗਏ ਨੇ ਜੇ ਤੁਸੀਂ ਨਹੀਂ ਕੀਤੇ ਅਤੇ ਇਸ ਪਰਟੀਕੁਲਰ ਲਿੰਕ 'ਤੇ ਕਲਿੱਕ ਕਰੋ ਉਹਦੇ ਥੋੜ੍ਹੀਆਂ ਸਰ ਐਗਜ਼ਾਮਪਲ ਜਿੱਦਾਂ ਅਸੀਂ ਕਹਿੰਦੇ ਹਾਂ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਮੈਸੇਜ ਆ ਨੂੰ ਕਲਿੱਕ ਕਰਦੇ ਹਾਂ ਉਹ ਸਾਡਾ ਸਾਰਾ ਡਾਟਾ ਚੱਕ ਲੈਂਦਾ ਉਹ ਕਿਸ ਤਰ੍ਹਾਂ ਦੀ ਕੋਈ ਐਗਜ਼ਾਮਪਲ ਸਾਨੂੰ ਤੁਹਾਨੂੰ ਮੈਸੇਜ ਆਏਗਾ ਜਿੱਦਾਂ ਵਟਸਐਪ 'ਤੇ ਮੈਸੇਜ ਆ ਜਾਏਗਾ ਜੀ ਕਿ ਇੱਕ ਫਲਾਨਿੰਗ ਕੰਪਨੀ ਹੈ ਉਹਨੇ 500 GB ਡੇਟਾ ਫਰੀ ਦਿੱਤਾ ਤੁਹਾਨੂੰ ਰਾਈਟ ਇੰਟਰਨੈਟ ਸਾਰੇ ਯੂਜ਼ ਕਰਦੇ ਨੇ ਅਤੇ ਬੜੀ ਜਲਦੀ ਉਹਨਾਂ ਨੂੰ ਜੇ 500 GB ਡੇਟਾ ਫਰੀ ਮਿਲੇਗਾ ਤਾਂ ਉਹਨੂੰ ਲੈਣਾ ਚਾਹਣਗੇ ਜੀ ਅਤੇ ਉਹ ਲਿੰਕ 'ਤੇ ਕਲਿੱਕ ਕਰ ਦਿੰਦੇ ਆ ਮਤਲਬ ਜਿੰਨੀਆਂ ਵੀ ਲਿਕਰੇਟਿਵ ਆਫਰਸ ਨੇ ਬਿਲਕੁਲ ਅਲਿਓਰਮੈਂਟ ਜਿਹੜੀ ਵੀ ਆ ਰਹੀ ਹੈ ਉਹ ਤੋਂ ਜਿਹੜਾ ਵਾ ਉਹ ਸਾਡਾ ਇੱਕ ਆਮ ਆਦਮੀ ਜਿਹੜਾ ਪ੍ਰਭਾਵਿਤ ਹੁੰਦਾ ਹਾਂਜੀ ਮੰਨ ਕੇ ਆਪਾਂ ਨੂੰ ਇਹੀ ਚੱਲਣਾ ਚਾਹੀਦਾ ਕਿ ਹਾਂਜੀ ਸਰ ਹਾਂਜੀ ਸਾਨੂੰ ਇੱਕ ਇਸ ਗੱਲ ਦਾ ਇੱਕ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਜੀ ਸਰ ਕਿ ਇਸ ਦੁਨੀਆ 'ਚ ਕੁਝ ਫ੍ਰੀ 'ਚ ਨਹੀਂ ਮਿਲਦਾ ਹੈ ਹਾਂ ਜਦੋਂ ਅਸੀਂ ਲਾਲਚ ਵੱਲ ਆਪਾਂ ਹੋ ਜਾਂਦੇ ਹਾਂ ਸਾਨੂੰ ਇਹ ਚੀਜ਼ ਫ੍ਰੀ 'ਚ ਮਿਲ ਰਹੀ ਹੈ ਉਦੋਂ ਇਸ ਇਹ ਸਮਝ ਲੈਣਾ ਚਾਹੀਦਾ ਹੈ ਅਸੀਂ ਕਿਸੇ ਨਾ ਕਿਸੇ ਖਤਰੇ ਵੱਲ ਵੱਧ ਰਹੇ ਹਾਂ ਉਹਦੇ ਵਾਸਤੇ ਕੋਈ ਡਿਵਾਈਸ ਹੈਗੀ ਸਾਡੇ ਕੋਲ ਅਸਲ ਕਿ ਅਸੀਂ ਉਹਨੂੰ ਯੂਜ਼ ਕਰ ਸਕਦੇ ਹਾਂ ਕਈ ਤਰ੍ਹਾਂ ਦੀ ਮੇਲ ਆਉਂਦੀ ਹੈ ਵੀ ਤੁਹਾਡੀ ਲਾਟਰੀ ਨਿਕਲ ਗਈ ਹੈ ਤੇ ਤੁਸੀਂ ਆਪਣਾ ਡਿਟੇਲ ਭਰੋ ਤੇ ਤੁਹਾਨੂੰ ਤੁਹਾਡੇ ਪੈਸੇ ਤੁਹਾਡੇ ਖਾਤੇ 'ਚ ਪਹੁੰਚ ਜਾਣਗੇ ਜਿਹਦੇ 'ਚ ਤੁਸੀਂ ਆਪਣਾ ਸਾਰਾ ਹੀ ਆਪਣਾ ਆਪਣੀ ਆਈਡੈਂਟੀ ਆਪਣੇ ਅਕਾਊਂਟ ਦੀ ਆਈਡੈਂਟੀ ਸਭ ਕੁਝ ਭਰ ਦਿੰਦੇ ਹੋ ਈਵਨ ਤੱਕ ਤੁਸੀਂ ਕਈ ਵਾਰੀ ਉਹ ਕਹਿੰਦੇ ਪਿੰਨ ਵੀ ਦੱਸ ਦਿਓ ਆਪਣਾ ਤੇ ਤਾਂ ਸਾਨੂੰ ਆਸਾਨੀ ਹੋਏਗੀ ਤੇ ਇਹ ਜਿਹੜੀਆਂ ਪਿੰਨ OTP ਇੱਕ ਖਾਸ ਗੱਲ ਹੈਗੀ ਹੈ ਵੀ ਇਹ ਚੀਜ਼ਾਂ ਸਾਨੂੰ ਕਦੇ ਰਿਵੀਲ ਨਹੀਂ ਕਰਨੀਆਂ ਚਾਹੀਦੀਆਂ ਆਪਣਾ ਪਾਸਵਰਡ ਆਪਣਾ ਪਿੰਨ ਆਪਣਾ OTP ਕਦੇ ਕਿਸੇ ਨੂੰ ਫੋਨ 'ਤੇ ਤਾਂ ਦੱਸੋ ਹੀ ਨਾ ਜੀ ਆਪਣੇ ਕਿਸੇ ਤੁਹਾਨੂੰ ਕੋਈ ਫੋਨ ਆਇਆ ਇਹਦਾ ਮਤਲਬ ਹੈ ਤੁਹਾਨੂੰ ਉਹਦੀ ਸ਼ਿਕਾਇਤ ਕਰੋ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ 'ਚ ਜੇ ਤੁਹਾਡੇ ਕੋਲ ਕੋਈ ਤੁਹਾਡਾ OTP ਪਾਸਵਰਡ ਜਾਂ ਪਿੰਨ ਨੰਬਰ ਪੁੱਛਦਾ ਹੈ ਤੁਹਾਡੇ ਅਕਾਊਂਟ ਦਾ ਅਤੇ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਮੈਂ ਸਰ ਇੱਥੇ ਆ ਰਿਹਾ ਦੁਬਾਰਾ ਕਿ ਜਿੱਦਾਂ ਤੁਸੀਂ ਹੁਣ ਆਪਣੇ ਹੀ ਜਵਾਬ ਵਿੱਚ ਗੱਲ ਕੀਤੀ ਆ ਕਿ ਇਹ ਜਦੋਂ ਆਦਮੀ ਫਸਦਾ ਹੈ ਜਾਂ ਉਹ ਇਸ ਚੱਕਰ 'ਚ ਪੈ ਜਾਂਦਾ ਹੈ ਉਹ ਕਿਸੇ ਵੀ ਹਾਂ ਕਿਸੇ ਹੋਰ ਦੂਜੇ ਬੰਦੇ ਨੂੰ ਪੁੱਛਦਾ ਹੈ ਤੁਹਾਨੂੰ ਕੋਈ ਨਾ ਕੋਈ ਪ੍ਰਲੋਭਨ ਦਿੱਤਾ ਜਾਏਗਾ ਨਹੀਂ ਸਰ ਇਹਦੀ ਰਿਪੋਰਟਿੰਗ ਕਿੱਥੇ ਆ ਔਰ ਉਹ ਰਿਪੋਰਟਿੰਗ ਦਾ ਪ੍ਰੋਸੀਜਰ ਕੀ ਹੈ ਹਾਂ ਬਹੁਤ ਸਾਰੀ ਡਿਸਟ੍ਰਿਕਟਸ ਵਿੱਚ ਹੁਣ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਬਣ ਗਏ ਹਨ ਸਾਨੂੰ ਇਮੀਡੀਏਟਲੀ ਉੱਥੇ ਰਿਪੋਰਟ ਕਰਨਾ ਚਾਹੀਦਾ ਹੈ ਕਿ ਸਾਡੇ ਕੋਲੋਂ ਇਹ ਇੱਕ ਐਸੀ ਇਹ ਚੀਜ਼ ਮੰਗੀ ਗਈ ਹੈ ਇਸ ਫੋਨ ਨੰਬਰ ਤੋਂ ਅਤੇ ਉਹ ਬਕਾਇਦਾ ਉਹਦੇ 'ਤੇ IT ਐਕਟ ਦੇ ਅੰਦਰ ਕਾਰਵਾਈ ਹੁੰਦੀ ਹੈ ਜੀ ਜੀ ਹਾਂਜੀ ਹਾਂਜੀ ਉਹਨੂੰ ਕਿਸ ਤਰ੍ਹਾਂ ਅਪਰੋਚ ਕਰਨਾ ਅਸੀਂ ਉਹ ਸਾਈਬਰ ਪੁਲਿਸ ਆਫਿਸ ਕਿੱਥੇ ਹੈ ਸ਼ਹਿਰਾਂ 'ਚ ਕਿੱਥੇ ਹੁੰਦੇ ਨੇ ਜਾਂ ਕੀ ਲੋਕੇਸ਼ਨ ਹਰ ਡਿਸਟ੍ਰਿਕਟ ਦੇ ਮੇਨ ਹੈੱਡਕੁਆਟਰ ਵਿੱਚ ਇੱਕ ਸਾਈਬਰ ਕੀ ਇਹ ਇੱਕ ਆਮ ਪਬਲਿਕ ਨੂੰ ਐਕਸੈਸੀਬਲ ਹੈ ਬਿਲਕੁਲ ਕੋਈ ਵੀ ਬੰਦਾ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਦਾ ਤੇ ਉਹਨੂੰ ਉਹ ਐਂਟਰਟੇਨ ਕਰਦਾ ਸਾਈਬਰ ਸੈੱਲ ਵਿੱਚ ਐਂਟਰਟੇਨ ਹੁੰਦੀ ਹੈ ਅੱਛਾ ਮੇਰਾ ਅਗਲਾ ਸਵਾਲ ਥੋੜੀ ਸਾਹਿਬ ਤੁਹਾਨੂੰ ਹੈ ਕਿ ਇਹਦੀ ਔਥੈਂਟਿਸਿਟੀ ਕੀ ਹੈ ਸਾਡੇ ਕੋਲ ਜਿਹਦੇ ਮਤਲਬ ਮੈਂ ਜਿੱਦਾਂ ਇੱਕ ਚਲੋ ਅਧਿਆਪਕ ਆ ਮੈਨੂੰ ਇੱਕ ਮੈਸੇਜ ਆਉਂਦਾ ਉਹ ਲੁਕਰੇਟਿਵ ਨਹੀਂ ਹੈ ਵੈਸੇ ਵੀ ਨਹੀਂ ਹੈ ਲੇਕਿਨ ਮੈਨੂੰ ਲੱਗਦਾ ਕਿ ਮੈਸੇਜ ਕਾਫੀ ਵੈਲਿਡ ਹੈ ਲੀਗਲ ਹੈ ਉਹ ਕੀ ਚੀਜ਼ ਹੈ ਚੈੱਕ ਕਰਨ ਵਾਸਤੇ ਆਪਾਂ ਦੇਖਣਾ ਕਿ ਜਿਹੜਾ ਮੈਸੇਜ ਮੈਨੂੰ ਆਇਆ ਵਾ ਕਿਉਂਕਿ ਮੈਨੂੰ ਇੱਕ ਪੜ੍ਹੇ ਲਿਖੇ ਬੰਦੇ ਨੂੰ ਵੀ ਖਰਾਬ ਕਰ ਰਿਹਾ ਤਾਂ ਉਹ ਕੀ ਐਸੀਆਂ ਸ਼ਰਤਾਂ ਨੇ ਜਾਂ ਕੀ ਐਸੇ ਪ੍ਰੀਵੈਂਟਿਵ ਮੈਸ਼ਰਸ ਨੇ ਜਿਹੜਾ ਮੈਨੂੰ ਦੱਸੇਗਾ ਵੀ ਇਹ ਸਹੀ ਨਹੀਂ ਹੈ ਫਰੋਡੂਲੈਂਟ ਹੈ ਔਰ ਇਸ ਤਰ੍ਹਾਂ ਇਹ ਤੋਂ ਤੁਸੀਂ ਬਚ ਕੇ ਰਹੋ ਉਹ ਕੀ ਪ੍ਰੀਵੈਂਟਿਵ ਮੈਸ਼ਰ ਜਿਹੜੇ ਆਪਾਂ ਚੱਕਣੇ ਹੁੰਦੇ ਆ ਔਥੈਂਟਿਸਿਟੀ ਨੂੰ ਲੈ ਕੇ ਸਭ ਤੋਂ ਪਹਿਲੇ ਤਾਂ ਇਹੀ ਹੈ ਜਿਹੜਾ ਰਿਲਾਇਬਲ ਸੋਰਸ ਹੈ ਉਹੀ ਚੀਜ਼ ਤੋਂ ਆਪਾਂ ਚੀਜ਼ ਆਪਾਂ ਮੈਸੇਜ ਖੋਲੀਏ ਜੀ ਜਿਹਨੂੰ ਆਪਾਂ ਨਹੀਂ ਜਾਣਦੇ ਜਿਹੜਾ ਈਮੇਲ ਆਈਡੀ ਸਾਡੇ ਕੋਈ ਵਾਕਫੀਅਤ ਵੱਲੋਂ ਨਹੀਂ ਹੈ ਜੀ ਕੋਈ ਮੈਸੇਜ ਇੱਦਾਂ ਦੇ ਨੰਬਰ ਤੋਂ ਆਉਂਦਾ ਜਿਹੜਾ ਅਸੀਂ ਨੰਬਰ ਨਹੀਂ ਜਾਣਦੇ ਉਹ ਸਾਰਿਆਂ ਨੂੰ ਆਪਾਂ ਨੂੰ ਨਹੀਂ ਐਂਟਰਟੇਨ ਕਰਨਾ ਚਾਹੀਦਾ ਅੱਛਾ ਜੀ ਦੂਜੀ ਗੱਲ ਜਿੱਦਾਂ ਜਿਹੜੇ ਲਿੰਕ ਲਿਖੇ ਹੁੰਦੇ ਆ ਜੀ ਉਹ ਲਿੰਕ ਕਾਫੀ ਉਹਨਾਂ ਨੇ ਲੀਜੀਟੀਮੇਟ ਜਿਹੜੀ ਲੀਗਲ ਸਾਈਟਸ ਹੈਗੀਆਂ ਓਰੀਜਨਲ ਸਾਈਟ ਹੈਗੀਆਂ ਉਹਦੇ ਨਾਮ ਨਾਲ ਸੇਮ ਰੱਖੇ ਹੁੰਦੇ ਆ ਓਕੇ ਜਿਵੇਂ ਮੇਲ ਹੈ MAIL ਹੈ ਤੇ ਉਹਨੇ MA1L ਲਿਖ ਕੇ ਜਾਂ ਇਸ ਤਰ੍ਹਾਂ ਕਰਕੇ ਇਹਨਾਂ ਨੇ ਅੱਛਾ ਮਤਲਬ ਉਹ ਡੌਜ ਕਰਨ ਵਾਸਤੇ ਹੁੰਦੇ ਜਲਦੀ ਬੰਦਾ ਉਹਨੂੰ ਦੇਖੇ ਤੇ ਸਮਝੇ ਵੀ ਸਹੀ ਹੈ ਆ ਗਿਆ ਸਹੀ ਸਮਝੇ ਤੇ ਜਿੱਦਾਂ ਹੀ ਤੁਸੀਂ ਉੱਤੇ ਕਲਿੱਕ ਕਰੋਗੇ ਮੰਨ ਲਓ ਗਲਤੀ ਨਾਲ ਆਪਾਂ ਕਲਿੱਕ ਕਰ ਵੀ ਲਿਆ ਰਾਈਟ ਤੇ ਜਿਹੜੀ ਉਹ ਸਾਈਟ ਤੇ ਜਦੋਂ ਖੁੱਲ ਰਿਹਾ ਆਪਾਂ ਉਹਦੇ ਉੱਪਰ ਪ੍ਰੋਪਰ ਇੱਕ ਵਾਰ ਚੈੱਕ ਕਰ ਲਈਏ ਕਿ ਉੱਪਰ ਕੀ ਲਿਖਿਆ ਆ ਰਿਹਾ ਅੱਛਾ ਕਿ ਜੇ ਕਿਸੇ ਬੈਂਕ ਦਾ ਹੈ ਤੇ ਉਹੀ ਬੈਂਕ ਦੀ ਸਾਈਟ ਖੁੱਲੀ ਹੈ ਜਾਂ ਕੋਈ ਹੋਰ ਚੀਜ਼ ਖੁੱਲੀ ਸਰ ਇਹ ਤਾਂ ਆਪਾਂ ਪੜ੍ਹੇ ਲਿਖੇ ਵਾਲੇ ਬੰਦੇ ਦੀ ਗੱਲ ਕਰਤੀ ਨਾ ਮਤਲਬ ਮੈਂ ਕਹਿੰਦਾ ਵੀ ਆਮ ਬੰਦਾ 'ਚ ਫਸ ਜਾਂਦਾ ਵਾ ਜਿਹੜਾ ਆਮ ਬੰਦਾ ਹੈ ਗੱਲ ਉਹੀ ਹੈ ਸਰ ਉਹਦੇ ਲਈ ਸਿਰਫ ਇਹੀ ਹੈ ਕਿ ਪੂਰਾ ਧਿਆਨ ਰੱਖਣ ਕਿ ਜਿਹੜਾ ਆਈਡੀ ਸਾਨੂੰ ਨਹੀਂ ਪਤਾ ਜਿਹੜੇ ਬੈਂਕ 'ਚ ਆਪਾਂ ਖਾਤਾ ਨਹੀਂ ਖੋਲਿਆ ਉਹ ਕਿਸੇ ਵੀ ਚੀਜ਼ ਨੂੰ ਖੋਲਣ ਦੀ ਉਹਨਾਂ ਨੂੰ ਮੈਂ ਤੁਹਾਡੇ ਵੱਲ ਆਉਂਦਾ ਸਾਡੇ ਇੱਕ ਸ਼ਰੋਤਾ ਜੁੜ ਗਏ ਨੇ ਸਵਾਗਤ ਹੈ ਜੀ ਤੁਹਾਡਾ ਹੈਲੋ
तो इनसे जो हम पेमेंट ट्रांसफर कर दे, कई बार वो पेमेंट पेंडिंग में दिखाई रहती है और ना ही कस्टमर के पास जाती है और अपने खाते से कट जाती है, जी, तो ये भी उस आईडी एक्ट के तहत आता है। हाँ जी सर, बिल्कुल, कोई भी ट्रांजैक्शन जो तो कंप्लीट नहीं होती या तो कोई टेक्निकल खामी करके अड़ जाती है, अड़ जाती है, वो तुसी कंप्लीट कर सर लिखवा सकते हो अपने, जे कोई तुहाडे पैसे इस तरह चले गए ने तो खाते चो, वो तुसी साइबर सेल विच पुलिस स्टेशन जरूर लिखवाओ कंप्लीट, या असी उस बैंक ते भी बैंक विच भी जा सकते हैं, जिस तरह जे असी एटीएम तो पैसे कढ़ाईए तो पैसे ना निकलन तो आप बैंक के जाके रिपोर्ट करते हैं जी, सेम तरीके नाल जे तुसी यूपीआई ऐप यूज़ की है तो तुहाडे पैसे कट गए तो ट्रांसफर नहीं होए, तुसी ओनू भी जाके बैंक के भी तो साइबर सैल भी रिपोर्ट कर सकते हो। सर उस मैं ये कहना चाहता कि कई बार आपां सारे जिहड़े असी लोग हैं असी उदों काम करते हैं जो मतलब कल काम होना तो असी अज प्रोसैस करते पे हैं, फॉर एग्जाम्पल मैं ही हाँ, मैं अज कोई एक बहुत वड्डी ट्रांजैक्शन करनी है, वो ट्रांजैक्शन जी इट इज़ लिंक्ड विद माई गोइंग अब्रॉड, मैं बाहर जाना चाहता वा, तो वो मैं जी अपनी ट्रांजैक्शन है वो करता पाया लेकिन वो बार बार होंगी नहीं पई। अच्छा, जो मैं उस सफल हो जाता वो हो गई चले गई, लेकिन जिदा इन्होंने सवाल किया वो जी लिंकड है उन्होंने नहीं गई, मेरे खाते चो भी पैसे निकल गए, उन्होंने भी नहीं पहुंची, हूँ मेरे को भी नहीं आई, मेरे को टाइम जरा इस वेल की है वह मैं दसना कि रस्ता, क्योंकि मैं तो पैनिक ही हो गया, मैं तो जिनी पूंजी सी मैं अपनी लाती, राइट सर, वो गई उत्थे भी नहीं है, मेरे को चले गई है लेकिन वो कितने गई है। कई बार वो बहुत सारे इस तरह के गाहक आते सा लोग आते जो कहते अज तक सूँ वो वापस नहीं मिली, इहदी इहनू कस्ती किस तरह जिहड़ा है वो रोक सकते हैं या इहनू करन तो पहलो की ऐसी हदायत है कि असी इहो जे चक्कर च ना पईए। सर हिदायत तो मेन यही है कि जिहड़ा इंटरनेट कनैक्शन है पहले तो किसी भी ट्रांजैक्शन तो पहला आप चैक कर लीए कि अपना कनैक्शन ठीक है कि नहीं, दुरुस्त है कि नहीं। कई बार असी ट्रांजैक्शन शुरू कर दें नैट की स्पीड नहीं इन्नी होंगी जी, क्योंकि जी भी है फाइनैंशियल ट्रांजैक्शन होएगी वो वास्ते सिक्योरिटी बहुत इंपॉर्टेंट है, राइट सर, तो सिक्योरिटी करके जी अपना ट्रांजैक्शन है वो जी इंटरनेट पर जा रही है थोड़ी जी हैवी हो जाती है, इस करके उन्होंने टाइम लगता है तो बेहतर इंटरनेट कनैक्शन चाहिए होंगे। इस तो इलावा कोई होर प्रीकॉशन इदा नहीं है जो असं लै सकते हैं कि पक्का ट्रांजैक्शन अपनी हो ही जाए। नहीं नहीं, इस तरह है जे आप ट्रांजैक्शन कंट्रोल देखिए ना, तो जो ट्रांजैक्शन दो इंस्ट्रक्शन हो जाती हैं जो नहीं पूरी हो पाती तो रोलबैक हो जाती हैं, अच्छा तुहाडे अकाउंट च वापस वो पैसे आ जाने चाहिए हैं जी, जे पर हर आदमी सर यही रिपोर्ट करता है पैसे आए नहीं वापस, पैसे आ जाते जी थोड़ा लेट आते, पैसे लेट आते हो गए, अच्छा जी, नहीं तो फिर कोई फ्रॉडुलेंट एक्टिविटी हैगी है जी जिस करके वापस नहीं आ रहे। हाँ सर, वही जी फ्रॉडुलेंट एक्टिविटी है वो जो कस्टमर यूज़ कर रहा है वो कितना इंश्योर होएगा वो बारे तो फिर तुम्हें रिपोर्ट ही करनी पैनी है, रिपोर्ट कर बिल्कुल बिल्कुल ठीक है। इंश्योर करने का यही तरीका है कि जिहड़ा तुम्हें पहले कहा कि करन तो पहला एक बार आप जांच लीए प्रॉपरली कि वही वैबसाइट है कोई होर वैबसाइट ना हो, रंग रूप सारा कुछ सेम होंगे सिर्फ नाम दे विच थोड़ा बहुत फर्क होंगे चीज़ का, तुम कितने फिशिंग अटैक दे उदे विच तां नहीं फस गए हो, वो करके हो सकता है। फिशिंग अटैक की है सर? फिशिंग अटैक है जिस तरह मैंने कोई मेल पा देता है कि तुम ये चीज़ लवोगे तो तुम्हें ये डिस्काउंट देवे या कि तुम अज एक्टिवा खरीदोगे तो तुम 25,000 रुपया तुम लैस देवे, इस लिंक पर क्लिक करो तो पैसे ट्रांसफर कर दो, तो तुम अज के अज 2 घंटे का ही मौका है, 2 घंटे में तुम खरीद लें तो 25,000 रुपये का बेनीफिट है, इस तरह के कोई लालच दे के तुम वो फिर मैं फटाफट लिंक पर क्लिक कर दिना हाँ तो वो पैसे किधर जाते हैं वो बाद चो पता नहीं लगता है, तो ना वो ना एक्टिवा खरीदया जाता है तो मेरे अकाउंट चो पैसे ट्रांसफर हो जाते हैं। लिंक खोलते हो ईमेल के थ्रू वो बड़ा ध्यान नाल खोलना है, तुसी लिंक कोई भी खोलना है तो वैबसाइट पे जाके खोलना है, अच्छा जी, ईमेल वाला लिंक नहीं क्लिक करना है तुसी कदे भी, अच्छा हाँ, तुसी जिहड़ा वैबसाइट पे जाके तुसी दोबारा अपना टाइप करो फिर तुहानू सेफ जिहड़ा है वो लिंक मिलेगा। अच्छा, ईमेल वाले तो आपां गुरेज करना है मतलब? बिल्कुल, ईमेल जे खोलदे आ ते ओदे सानू की नुकसानात जिहड़े नू भुगतने पैंदे? हां जी, जिस तरह ईमेल दा क्रिस्प टेस्ट दी गल करदे सीगे, असीं कोई भी सानू ईमेल आ जांदी है सानू इस चीज़ दा ध्यान रखना होंदा के फॉर असीं कहिंदे नोन, ठीक है, कि ये तुहानू नोन बंदे ने भेजी है। क्रिस्प है, इज इट अ वर्ल्ड वाइड टर्म और इट इज कॉमन डिवाइस? बेस्ट प्रैक्टिसेस विच आ जांदा है। अच्छा, बेस्ट प्रैक्टिसेस है? अच्छा, सही है, पूरा विस्तार दस दो तो कि काफी लोग सानू सुन रहे हैं तो आगाह हो जाएंगे। बिल्कुल बिल्कुल, सानू जिस तरह आपां सानू अपने घर विच साडी मदर्स गाइड करदे हन जदों असीं बाहर जांदे हां ते मदर्स कह दिंदे हन बेटा तू किसी अननोन बंदे नाल गल नहीं करनी है, ना ओहदे कोल कोई चीज़ लैके खानी है, जे तू बाहर जा रहा है जानकारी
ਇਸ ਤਰ੍ਹਾਂ ਅਸੀਂ ਜਿੱਦਾਂ ਇਨਫੋਰਮੇਸ਼ਨ ਸੁਪਰ ਹਾਈਵੇ ਤੇ ਜਾਂਦੇ ਹਾਂ ਤੇ ਇਸ ਤਰ੍ਹਾਂ ਵੀ ਸਾਨੂੰ ਨੋ ਜਿਹੜਾ ਸੈਂਡਰ ਸਾਨੂੰ ਨੋ ਨਹੀਂ ਹੈ ਤੇ ਸਾਨੂੰ ਉਹਦੀ ਈਮੇਲ ਖੋਲਣ ਦਾ ਕੋਈ ਮਤਲਬ ਨਹੀਂ ਬਣਦਾ। ਫਿਰ ਦੂਸਰਾ ਹੈ ਆਰ ਫਾਰ ਰਿਸੀਵਡ, ਜੇ ਤੁਸੀਂ ਅਰਲੀਅਰ ਉਹਦੇ ਕੋਈ ਮੇਲ ਰਿਸੀਵ ਕੀਤੀ ਹੈ ਜਾਂ ਤੁਹਾਨੂੰ ਪਤਾ ਕਿ ਇਹ ਸੇਫ ਹੈ, ਟਰਸਟਵਰਦੀ ਹੈ, ਆਲਰੇਡੀ ਤੁਹਾਡੇ ਨਾਲ ਮੇਲ ਚਪਤਰਾ ਚੱਲ ਰਿਹਾ ਹੈ, ਠੀਕ ਹੈ ਸਰ। ਈ ਫਾਰ ਐਕਸਪੈਕਟ, ਵੀ ਤੁਸੀਂ ਐਕਸਪੈਕਟ ਕਰ ਰਹੇ ਸੀ, ਤੁਸੀਂ ਪਹਿਲੀ ਵਾਰੀ ਕਿਸੇ ਨੂੰ ਮੇਲ ਪਾਈ ਹੈ ਔਰ ਉਹਦਾ ਜਵਾਬ ਆਇਆ ਸ਼ਾਇਦ ਤੁਹਾਨੂੰ, ਅੱਛਾ ਵਰ ਯੂ ਐਕਸਪੈਕਟਿੰਗ ਦ ਮੇਲ ਫਰੋਮ ਸਮਬਡੀ, ਤਾਂ ਉਹ ਜਿਹੜਾ ਹੈਗਾ ਐਕਸਪੈਕਟ ਤੀਸਰੇ 'ਚ ਆ ਜਾਂਦਾ ਐਕਸਪੈਕਟ। ਅਤੇ ਐਸ ਫੋਰ ਸੈਂਸ, ਜੇ ਤੁਹਾਨੂੰ ਖੁਦ ਇਹਨਾਂ ਤਿੰਨਾਂ ਚੀਜ਼ਾਂ 'ਚ ਕੁਛ ਨਹੀਂ ਪਤਾ ਲੱਗਦਾ, ਸਬਜੈਕਟ ਕੋਮਨ ਸੈਂਸ 'ਚ ਯੂਜ਼ ਕਰੋ ਕਿ ਸੈਂਡਰ ਅਤੇ ਸਬਜੈਕਟ ਕੁਛ ਤੁਹਾਡਾ ਰਿਲੇਟਿਡ ਹੈ, ਕੁਛ ਮੇਲ ਖਾ ਰਿਹਾ, ਫਿਰ ਵੀ ਜੇ ਤੁਹਾਨੂੰ ਡਾਊਟ ਹੈ ਵੀ ਸ਼ਾਇਦ ਮੇਰੇ ਮਤਲਬ ਦੀ ਮੇਲ ਲੱਗਦੀ ਹੈ ਤਾਂ ਮੈਂ ਕਲਿੱਕ ਕਰਕੇ ਖੋਲ ਲਵਾਂ, ਜੇ ਤੁਸੀਂ ਖੋਲ ਲਈ ਹੈ ਅਤੇ ਤੁਸੀਂ ਇਹ ਅਟੈਚਮੈਂਟ ਹੈਗੀ ਹੈ ਬਾਈ ਚਾਂਸ ਉਹਦੇ ਵਿੱਚ ਕੋਈ, ਅਤੇ ਤੁਸੀਂ ਯੂ ਮੇਕ ਸ਼ੋਰ ਵੀ ਤੁਹਾਡੇ ਕੋਲ ਜਿਹੜਾ ਹੈ ਲੇਟੈਸਟ ਐਂਟੀਵਾਇਰਸ ਹੋਵੇ, ਉਹਦੇ 'ਚ ਸਾਰਿਆਂ 'ਚ ਇਹ ਫੀਚਰ ਹੈਗਾ ਜਿਹੜਾ ਅਟੈਚਮੈਂਟ ਜਿਹੜਾ ਸਕੈਨ ਕਰਨ ਦਾ, ਜੇ ਉਹਦੇ 'ਚ ਕੁਛ ਮਾਲਵੇਅਰ ਜਾਂ ਕੁਛ ਵਾਇਰਸ ਜਾਂ ਕੁਛ ਹੋਰ ਚੀਜ਼ ਹੈਗੀ ਹੈ ਜਿਹੜੀ ਡਾਊਨਲੋਡ ਹੋ ਜਾਏਗੀ ਨਾਲ ਹੀ ਤੁਹਾਡੇ ਅਟੈਚਮੈਂਟ ਦੇ, ਤੇ ਉਹਦੇ ਵਿੱਚ ਤੁਸੀਂ ਮਾਲਵੇਅਰ ਡਾਊਨਲੋਡ ਹੋਗੀ ਤਾਂ ਮਤਲਬ ਅਸੀਂ ਉਹ ਸਾਨੂੰ ਸੁਚੇਤ ਕਰ ਰਹੀ ਹੈ। ਹਾਂਜੀ ਹਾਂਜੀ, ਵੀ ਤੁਸੀਂ ਗਲਤ ਚੀਜ਼ ਜਿਹੜੀ ਉਹ ਲੈ ਰਹੇ ਹੋ, ਤੁਸੀਂ ਆਪ ਹੀ ਡਾਊਨਲੋਡ ਕਰਨੀ ਹੈ ਕਿਉਂਕਿ ਤੁਹਾਨੂੰ ਕਰੋਸਿਟੀ ਹੋ ਰਹੀ ਹੈ ਜ਼ਿਆਦਾ ਮੇਲ ਖੋਲਣ ਦੀ ਔਰ ਅਟੈਚਮੈਂਟ ਡਾਊਨਲੋਡ ਕਰਨ ਦੀ। ਓਕੇ, ਅਤੇ ਜੇ ਇੰਨੀ ਕਰੋਸਿਟੀ ਹੋ ਰਹੀ ਹੈ ਤਾਂ ਤੁਹਾਡੇ ਕੋਲ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਸਿਸਟਮ ਜਿਹੜਾ ਉਹ ਐਂਟੀਵਾਇਰਸ ਅਪਡੇਟਡ ਹੈਗਾ, ਤੁਹਾਡਾ ਆਪਰੇਟਿੰਗ ਸਿਸਟਮ ਜਿਹੜਾ ਉਹ ਅਪਡੇਟਡ ਹੈਗਾ। ਠੀਕ ਹੈ, ਜੇ ਦੋਨਾਂ ਚੀਜ਼ਾਂ ਅਪਡੇਟਡ ਨਹੀਂ ਹੈਗੀਆਂ ਤਾਂ ਫਿਰ ਤੁਹਾਡੇ 'ਤੇ ਜਿਹੜੇ ਵੀ ਲੂਪਹੋਲ ਹਨ ਉਹਦੇ ਨਾਲ ਅਟੈਕਰ ਜਿਹੜਾ ਤੁਹਾਡੇ 'ਤੇ ਅਟੈਕ ਕਰ ਸਕਦਾ, ਕਿਉਂਕਿ ਤੁਸੀਂ ਖੁਦ ਹੀ ਡਾਊਨਲੋਡ ਕਰ ਰਹੇ ਹੋ, ਖੁਦ ਹੀ ਉਹਨੂੰ ਬੁਲਾ ਰਹੇ ਹੋ ਆਪਣੇ ਕੰਪਿਊਟਰ ਵਿੱਚ। ਠੀਕ ਹੈ, ਸੋਰੀ ਸਰ, ਵਰਮਾ ਸਾਹਿਬ ਨੇ ਗੱਲ ਕੀਤੀ ਹੈ ਵਾਇਰਸ ਦੀ, ਐਂਟੀਵਾਇਰਸ ਦੀ ਗੱਲ ਕੀਤੀ ਹੈ, ਇਹ ਕਿੰਨੇ ਕੁ ਸ਼ਰੋਤਾ ਸਾਡੇ ਕਸਟਮਰਸ ਨੇ ਜਿਹੜੇ ਇਸ ਗੱਲ ਤੋਂ ਅਗਾਹ ਨੇ ਕਿ ਇਹਨਾਂ ਚੀਜ਼ਾਂ ਨੂੰ ਯੂਜ਼ ਕਰਨ ਲੱਗ ਗਏ, ਸਾਨੂੰ ਆਪਣੇ ਲੈਪਟਾਪ 'ਚ ਜਾਂ ਆਪਣੇ ਕੰਪਿਊਟਰ 'ਚ ਐਂਟੀਵਾਇਰਸ ਹੈਗਾ, ਕੀ ਐਂਟੀਵਾਇਰਸ ਵੀ ਹੈਕ ਹੋ ਸਕਦਾ, ਕੀ ਇਹਨੂੰ ਵੀ ਭੇਦ ਕੀਤਾ ਜਾ ਸਕਦਾ? ਬਿਲਕੁਲ ਜੀ, ਐਂਟੀਵਾਇਰਸ ਵੀ ਹੈਕ ਕੀਤਾ ਜਾ ਸਕਦਾ, ਅਤੇ ਜ਼ਿਆਦਾਤਰ ਜੇ ਮੈਂ ਕਹਾਂ ਅੱਜ ਕੱਲ੍ਹ ਜਿੰਨੀ ਵੀ ਟ੍ਰਾਂਜੈਕਸ਼ਨਸ ਹੁੰਦੀਆਂ ਜੀ ਉਹ ਲੋਕ ਮੋਬਾਈਲ ਫੋਨ 'ਤੇ ਜ਼ਿਆਦਾ ਕਰਦੇ ਆ ਜੀ, ਅਤੇ ਮੋਬਾਈਲ ਫੋਨ 'ਤੇ ਐਂਟੀਵਾਇਰਸ ਦੀ ਪ੍ਰੋਪਰ ਵਰਤੋਂ ਬਹੁਤ ਘੱਟ ਲੋਕ ਹੈ ਜਿਹੜੇ ਕਰ ਰਹੇ ਆ। ਓਕੇ, ਜਿਹੜੇ ਕਿਸ ਤਰ੍ਹਾਂ ਅਸੀਂ ਲੋਡ ਕਰ ਸਕਦੇ ਹਾਂ ਸਰ? ਪਲੇ ਸਟੋਰ 'ਤੇ ਜਿੱਦਾਂ ਅਸੀਂ ਜਾਂਦੇ ਹਾਂ, ਬਾਕੀ ਅਸੀਂ ਐਪਸ ਡਾਊਨਲੋਡ ਕਰਦੇ ਹਾਂ, ਉਸੇ ਤਰੀਕੇ ਅਸੀਂ ਐਂਟੀਵਾਇਰਸ ਵੀ ਡਾਊਨਲੋਡ ਕਰ ਸਕਦੇ ਹਾਂ ਜੀ। ਪਲੱਸ ਸਭ ਤੋਂ ਜ਼ਿਆਦਾ ਮੋਬਾਈਲ ਫੋਨ ਕਿਉਂ ਕੰਪਰੋਮਾਈਜ਼ ਹੋ ਰਿਹਾ ਹੈ ਕਿ ਲੋਕ ਅਪਡੇਟ ਨਹੀਂ ਕਰਦੇ ਉਹਨੂੰ ਰੈਗੂਲਰਲੀ। ਯੈਸ, ਜਿਹੜਾ ਅਪਡੇਟ ਆਇਆ ਕੁਛ ਆਇਆ ਉਹਨੂੰ ਆਪਾਂ ਟਾਈਮ ਸਿਰ ਅਪਡੇਟ ਕਰੀਏ। ਜਿਹੜੀ ਵੀ ਅਸੀਂ ਐਪ ਡਾਊਨਲੋਡ ਕਰਨੀ ਹੈ, ਤੁਹਾਨੂੰ ਜਦੋਂ ਤੁਸੀਂ ਕਿਸੇ ਪਲੇ ਸਟੋਰ 'ਤੇ ਜਿੱਦਾਂ ਹੀ ਜਾਓਗੇ ਤੁਹਾਨੂੰ ਦਿਖੇਗਾ ਕਿ ਬਹੁਤ ਸਾਰੀਆਂ ਐਪਸ ਹੈਗੀਆਂ ਜਿਹੜੇ ਸੇਮ ਨਾਮ ਦੀਆਂ ਹੈਗੀਆਂ ਜੀ ਜੀ, ਅਤੇ ਉਹਦੇ 'ਤੇ ਇਹ ਚੈੱਕ ਕਰਨਾ ਕਿ ਜੈਨੂਅਨ ਐਪ ਕਿਹੜੀ ਹੈ, ਇਹ ਬਹੁਤ ਜ਼ਰੂਰੀ ਹੈ। ਠੀਕ ਹੈ, ਉਹਦੇ ਵਿੱਚ ਸਾਨੂੰ ਆਈਡੀਆ ਹੋ ਜਾਂਦਾ, ਇੱਕ ਐਪ ਹੈਗੀ ਜਿਹੜੀ 500,000 ਲੋਕਾਂ ਨੇ ਡਾਊਨਲੋਡ ਕੀਤੀ ਹੈ, ਇੱਕ 500 ਲੋਕਾਂ ਨੇ ਕੀਤੀ ਹੈ, ਅਤੇ ਉਹ ਬੜਾ ਈਜ਼ੀ ਤਰੀਕਾ ਇੱਕ ਵੈਰੀਫਾਈ ਕਰਨ ਦਾ ਕਿ ਜਿਹੜੀ ਜ਼ਿਆਦਾ ਲੋਕਾਂ ਨੇ ਐਪ ਡਾਊਨਲੋਡ ਕੀਤੀ ਹੈ ਉਹੀ ਜੈਨੂਅਨ ਹੋਏਗੀ। ਮੈਂ ਤੁਹਾਡੇ ਸਵਾਲ ਵੱਲ ਦੁਬਾਰਾ ਆਊਂਗਾ, ਸਾਡੇ ਨਾਲ ਇੱਕ ਸ਼ਰੋਤਾ ਜੁੜ ਗਏ ਨੇ, ਸਵਾਗਤ ਹੈ ਜੀ ਤੁਹਾਡਾ। ਹੈਲੋ, ਹੈਲੋ, ਹਾਂਜੀ ਸਰ, ਜੀ ਜੀ, ਹਾਂਜੀ ਸਰ, ਹਾਂਜੀ ਦਵਿੰਦਰ ਜੀ, ਹਾਂਜੀ ਹਾਂਜੀ ਸਰ, ਇਹ ਨਾ ਸਾਡਾ ਸਵਾਲ ਇਹ ਹੈ ਜੀ, ਮੰਨ ਲਓ ਵੀ ਜਿੱਦਾਂ ਜਦੋਂ ਅਸੀਂ ਕਿਸੇ ਦੇ ਫੇਕ ਮੰਨ ਲਓ ਸਾਨੂੰ ਮੇਲ ਤੇ ਆ ਜਾਂਦੀ ਆ ਜਾਂ ਕੋਈ ਫੇਕ ਸਾਨੂੰ ਕੋਈ ਅਸੀਂ ਪੈਸੇ ਟ੍ਰਾਂਸਫਰ ਕਰ ਦਿੰਦੇ ਹਾਂ, ਹਾਂਜੀ, ਤਾਂ ਮੰਨ ਲਓ ਜਿਹੜਾ ਵੀ ਉਸ ਜਿਹੜੇ ਆ ਉਹਨੂੰ ਅਸੀਂ ਟ੍ਰੇਸ ਕਰ ਸਕਦੇ ਹਾਂ ਵੀ ਉਹ ਜਾਨੀ ਕਿ ਮੰਨ ਲਓ ਪੈਸੇ ਜਿਹੜੇ ਉਹ ਕਿੱਥੇ ਚਲੇ ਗਏ ਆ ਜਾਂ ਮੰਨ ਲਓ। ਦਵਿੰਦਰ ਜੀ, ਤੁਸੀਂ ਆਪਣੇ ਸਵਾਲ ਵਿੱਚ ਹੀ ਜਿਹੜਾ ਸਵਾਲ ਕਰ ਰਹੇ ਹੋ ਨਾ, ਤੁਸੀਂ ਕਹਿ ਰਹੇ ਹੋ ਕਿ ਫੇਕ ਫੇਕ, ਤੁਸੀਂ ਪਹਿਲਾਂ ਮੈਨੂੰ ਦੱਸੋ ਵੀ ਫੇਕ 'ਤੇ ਟ੍ਰਾਂਸਫਰ ਕਿਉਂ ਕਰੋਗੇ? ਤੁਹਾਨੂੰ ਪਤਾ ਲੱਗ ਗਿਆ ਫੇਕ, ਅਤੇ ਤੁਸੀਂ ਫੇਕ ਨੂੰ ਕਿਉਂ ਟ੍ਰਾਂਸਫਰ ਕਰੋਗੇ? ਯਾਰ ਤੁਸੀਂ ਸ਼ੋਰ ਨਹੀਂ ਹੋ ਵੀ ਇਹ ਫੇਕ ਹੈ ਕਿ ਦੂਸਰੀ ਹੈ, ਜੇ ਉਹ ਫੇਕ ਹੈ ਫਿਰ ਤੁਹਾਨੂੰ ਪਹਿਲਾਂ ਹੀ ਸਾਵਧਾਨ ਕਰ ਦਿੱਤਾ। ਮੰਨ ਲਓ ਜੀ, ਮੰਨ ਲਓ ਕਿਸੇ ਨੇ ਸਾਨੂੰ ਸਕੀਮ ਦੇਤੀ ਆ ਜੀ, ਵੀ ਮੰਨ ਲਓ ਸਾਨੂੰ ਕਿਸੇ ਨੇ ਲਾਲਚ ਦੇਤਾ ਵੀ ਤੁਸੀਂ ਤੁਹਾਡਾ 1,00,000 ਰੁਪਈਆ ਨਿਕਲਿਆ ਜੀ, ਉਹਦੇ ਵਿੱਚ ਕੀ ਹੋ ਗਿਆ? ਉਹਦੇ ਵਿੱਚ ਉਹਨੇ ਸਾਨੂੰ ਕਹਿਤਾ ਜੀ ਇਸ ਅਕਾਊਂਟ ਦੇ ਵਿੱਚ ਪੈਸੇ ਟ੍ਰਾਂਸਫਰ ਕਰ ਦਿਓ। ਓਕੇ, ਹਾਂਜੀ, ਅੱਜ ਕੱਲ੍ਹ ਕ੍ਰਿਮੀਨਲ ਜਿਹੜੇ ਹੈਗੇ ਹਨ ਬੜੇ ਸ਼ਾਤਰ ਹਨ, ਅਤੇ ਮੇਰਾ ਕਹਿਣਾ ਇਹ ਹੈ ਕਿ ਹੋ ਸਕਦਾ ਉਹ ਡਾਇਰੈਕਟ ਬੰਦੇ ਨੇ ਤੁਹਾਨੂੰ ਮੇਲ ਨਹੀਂ ਪਾਈ, ਉਹਨੇ ਕੋਈ ਮਸ਼ੀਨ ਕੰਪਰੋਮਾਈਜ਼ ਕਰ ਲਈ ਹੋਈ ਹੈ, ਉਹ ਬੋਟਨੈਟ ਦੇ ਥਰੂ ਤੁਹਾਨੂੰ ਮੇਲ ਪਾ ਰਿਹਾ, ਜਦੋਂ ਤੁਸੀਂ ਸੈਂਡਰ ਨੂੰ ਲੱਭ ਵੀ ਲਵੋਗੇ ਤਾਂ ਉਹ ਵਿਚਾਰਾ, ਉਹਨੂੰ ਪਤਾ ਹੀ ਨਹੀਂ ਹੋਣਾ ਮੇਰੇ ਮਸ਼ੀਨ ਤੋਂ ਇਹ ਜਿਹੜੀ ਹੈ ਮੇਲ, ਕਿਸੇ ਦਾ ਪਾਸਵਰਡ ਵਗੈਰਾ ਲੈ ਕੇ ਉਹਨੇ ਤੁਹਾਡਾ ਉਹਦੇ ਥਰੂ ਤੁਹਾਨੂੰ ਮੇਲ ਪਾ ਦਿੱਤੀ ਹੈ, ਔਰ ਤੁਸੀਂ ਫੜਿਆ ਜਾਣਾ ਉਹ ਵਿਚਾਰਾ ਗਰੀਬ ਜਿਹਨੂੰ ਕੁਛ ਪਤਾ ਹੀ ਨਹੀਂ ਗਾ, ਅਤੇ ਜਿਹੜਾ ਅਸਲੀ ਕ੍ਰਿਮੀਨਲ ਹੈ ਉਹਨੂੰ ਉਹ ਹੋਰ ਹੈ ਕੋਈ, ਉਹ ਤਾਂ ਉਹਨੂੰ ਕੰਪਰੋਮਾਈਜ਼ਡ ਨੈਟਵਰਕ ਨੂੰ ਯੂਜ਼ ਕਰ ਰਿਹਾ ਜੀ। ਇਸੇ ਤੋਂ ਸਰ ਮੇਰਾ ਅਗਲੀ ਚੀਜ਼ ਹੈ ਕਿ ਆਪਣੇ ਪਾਸਵਰਡ ਵਗੈਰਾ ਤਾਂ ਅਸੀਂ ਸੇਫ ਰੱਖਦੇ ਹਾਂ ਮੋਬਾਈਲ ਫੋਨ ਵਗੈਰਾ, ਅੱਜ ਕੱਲ੍ਹ ਹਰ ਘਰ ਦੇ ਵਿੱਚ ਵਾਇਰਲੈਸ ਇੰਟਰਨੈਟ ਹੈ, ਅਸੀਂ ਯੂਜ਼ ਕਰਦੇ ਹਾਂ ਮੋਬਾਈਲ ਫੋਨ ਤੋਂ ਵੀ, ਅਸੀਂ ਹੋਟਸਪੋਟ ਕ੍ਰੀਏਟ ਕਰਕੇ ਇੰਟਰਨੈਟ ਦਿੰਦੇ ਹਾਂ। ਹੋਟਸਪੋਟ ਵਾਲੀ ਵੀ ਗੱਲ ਆਉਂਦੀ ਹੈ, ਲੋਕ ਜੋ ਹੁਣੇ ਹਰਸ਼ ਜੀ ਨੇ ਕਿਹਾ, ਲੋਕ ਆਪਣਾ
ਖੁੱਲ੍ਹਾ ਛੱਡ ਦਿੰਦੇ ਆ, ਤੁਸੀਂ ਆਪਣਾ ਫੋਨ ਔਨ ਕਰਕੇ ਸਕੈਨ ਕਰੋਗੇ ਤਾਂ ਤੁਹਾਨੂੰ ਬੜੇ ਸਾਰੇ ਨੈਟਵਰਕ ਓਪਨ ਮਿਲਣਗੇ, ਮਿਲਦੇ ਇੱਕਦਮ ਕਿੰਨੇ ਆ ਜਾਂਦੇ ਨੇ। ਅਤੇ ਫਿਰ ਜੇ ਮੈਂ ਕੋਈ ਕਿਸੇ ਨਾਲ ਸ਼ਰਾਰਤ ਕਰਨੀ ਹੈ, ਮੈਂ ਇੱਦਾਂ ਦਾ ਓਪਨ ਨੈਟਵਰਕ ਲੱਭਾਂਗਾ ਜੀ, ਲੱਭ ਕੇ ਮੈਂ ਕਿਸੇ ਨਾਲ ਕੋਈ ਕਿਸੇ ਦਾ ਕੋਈ ਨੁਕਸਾਨ ਕਰਾਂਗਾ ਜੀ ਜੀ, ਅਤੇ ਫੜਿਆ ਉਹ ਬੰਦਾ ਜਾਏਗਾ ਜਿਹਦਾ ਡਿਵਾਈਸ 'ਤੇ ਜਿਹਦਾ ਨੈਟਵਰਕ ਇਸਤੇਮਾਲ ਹੋਇਆ। ਇਸੇ ਕਰਕੇ ਸਿਰਫ ਆਪਣਾ ਫੇਸਬੁੱਕ ਦਾ, ਜੀਮੇਲ ਦਾ, ਇੱਦਾਂ ਦੇ ਪਾਸਵਰਡ ਸੇਫ ਰੱਖਣ ਦੀ ਬਜਾਏ, ਇਗਨੋਰੈਂਸ ਵਾਲੀ ਗੱਲ ਆ, ਬਿਲਕੁਲ ਜੀ ਬਿਲਕੁਲ, ਜੇ ਪਾਸਵਰਡ ਸੇਫ ਰੱਖਣਾ ਹੈ ਤਾਂ ਹਰ ਚੀਜ਼ ਦਾ ਪਾਸਵਰਡ ਸੇਫ ਹੋਣਾ ਚਾਹੀਦਾ, ਆਪਣਾ ਜਿਹੜਾ ਵਾਇਰਲੈਸ ਡਿਵਾਈਸ ਹੈ, ਆਪਣਾ ਫੋਨ ਦਾ ਪਾਸਵਰਡ ਹੈ, ਹਰ ਚੀਜ਼ ਆਪਣਾ ਸੇਫ ਹੋਣਾ ਬਹੁਤ ਜ਼ਰੂਰੀ ਹੈ। ਬਾਬਾ ਜੀ ਮੈਂ ਇੱਕ ਗੱਲ ਕਰਨਾ ਚਾਹੁੰਦਾ ਕਿ ਜਿਹੜਾ ਸਾਡਾ ਫੇਅਰ ਸੈਕਸ ਹੈ ਸੋਸਾਇਟੀ ਦਾ, ਸਾਡੀਆਂ ਮਤਲਬ ਔਰਤਾਂ ਜਿਹੜੀਆਂ ਸਾਡੀਆਂ ਭੈਣਾਂ ਨੇ, ਉਹ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਨੇ ਉਹ ਟਾਰਗੇਟ ਹੁੰਦੀਆਂ ਨੇ। ਉਹ ਉਹਨਾਂ ਦੇ ਜ਼ਿਹਨ 'ਚ ਵੀ ਇਹ ਸਵਾਲ ਹੋਏਗਾ ਕਿ ਅਸੀਂ ਵੀ ਜਿਹੜੀ ਇਹ ਹੈਕਿੰਗ ਹੈ ਜਾਂ ਜਿਹੜੀ ਤੁਸੀਂ ਹਰੈਸਮੈਂਟ ਦੀ ਗੱਲ ਕੀਤੀ ਜਾਂ ਉਹਨਾਂ ਦੀ ਫੋਟੋ ਨੂੰ ਕਰਨਾ, ਔਰ ਅਸੀਂ ਸਾਰੇ ਹੀ ਮਤਲਬ ਉਹਨਾਂ ਦੇ ਪ੍ਰਤੀ ਨਤਮਸਤਕ ਹੈ ਕਿ ਨਹੀਂ ਹੋਣਾ ਚਾਹੀਦਾ, ਉਹਨਾਂ ਨੂੰ ਵੀ ਅਸੀਂ ਕੁਝ ਦੱਸੀਏ ਵੀ ਕੀ ਐਸੀਆਂ ਚੀਜ਼ਾਂ ਨੇ ਜਿਹੜੀਆਂ ਜਿਹਦੇ ਨਾਲ ਉਹ ਕੀ ਮੈਜਰਮੈਂਟ ਜਾਂ ਕੀ ਸੇਫਟੀ ਮੈਸ਼ਰਸ ਲੈਣ ਤਾਂ ਕਿ ਉਹਨਾਂ ਦੇ ਨਾਲ ਕੋਈ ਜਿੱਦਾਂ ਸੋਢੀ ਸਾਹਿਬ ਨੇ ਗੱਲ ਕੀਤੀ ਕਿ ਹੈਰੈਸਮੈਂਟ ਜਿਹੜੀ ਉਹ ਰੁਕ ਸਕੇ ਜੀ, ਇਹ ਵਰਗ ਜਿਹੜਾ ਕਾਫੀ ਪੀੜਿਤ ਹੈ ਸਾਡੇ ਸਮਾਜ ਜੀ ਜੀ। ਮੈਂ ਤਾਂ ਇਹ ਸੋਚਦਾ ਹਾਂ ਕਿ ਜਿਹੜੇ ਇਹ ਵਰਗ ਹੈਗਾ ਇਹਨਾਂ ਨੂੰ ਥੋੜ੍ਹਾ ਜਿਹਾ ਜਿਹੜੀ ਪਰਸਨਲ ਆਇਡੈਂਟੀਟੀ ਜਿੰਨੀ ਘੱਟੋ ਘੱਟ ਕਿਹੜੀ ਚੀਜ਼ਾਂ ਤੋਂ ਉਹਨਾਂ ਨੂੰ ਚੁਕੰਨੇ ਰਹਿਣਾ ਚਾਹੀਦਾ ਵਾ, ਫੋਟੋ ਸ਼ੇਅਰ ਕਰਨੀ ਜਾਂ ਫੇਸਬੁੱਕ ਤੇ ਲੋਕੇਸ਼ਨ ਪਾ ਦੇਣੀ ਜਾਂ ਕਿਤੇ ਸਾਈਟ ਸੀਇੰਗ ਕਰਨ ਗਏ ਆ ਉੱਥੇ ਬੜੀ ਜਲਦੀ ਐਕਸਾਈਟਿਡ ਬਹੁਤ ਹੁੰਦੇ ਆ। ਇੱਕ ਲੇਟੈਸਟ ਜਿਹੜੇ ਜਿਸ ਤਰ੍ਹਾਂ ਕਈ ਲੋਕ ਗਏ ਸੀਗੇ ਘੁੰਮਣ ਅਤੇ ਉਹਨਾਂ ਨੇ ਆਪਣਾ ਫੇਸਬੁੱਕ 'ਤੇ ਪਾ ਦਿੱਤਾ ਸੀਗਾ ਅਤੇ ਇੱਕ ਸਟੋਰੀ ਹੈ ਕਿ ਉਹ ਪਿੱਛੋਂ ਉਹਨਾਂ ਨੇ ਫੇਸਬੁੱਕ 'ਤੇ ਪਾਤਾ ਅਤੇ ਪਿੱਛੋਂ ਉਹਨਾਂ ਦੇ ਘਰ 'ਚ ਚੋਰੀ ਹੋ ਗਈ, ਕਿਉਂਕਿ ਫੇਸਬੁੱਕ 'ਤੇ ਪਤਾ ਲੱਗ ਗਿਆ ਕਿ ਇਹ ਲੋਕ ਤਾਂ ਮਨਾਲੀ ਹੈ ਅਤੇ ਅਗੇਨ ਕ੍ਰਾਈਮ ਹੈ ਥਰੂ ਸਾਈਬਰ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਬਾਹਰ ਗਏ ਹੋਏ ਆ, ਫੈਮਿਲੀ ਪੂਰੀ ਤਾਂ ਮਨਾਲੀ ਫੋਟੋ ਪਾਈ ਹੋਈ ਉਹਨਾਂ ਨੇ ਅਤੇ ਉਹਨਾਂ ਨੇ ਉਹਨਾਂ ਦੇ ਘਰ 'ਤੇ ਮਤਲਬ ਉਹਨਾਂ ਦੀ ਚੋਰੀ ਹੋ ਗਈ। ਤਾਂ ਇਹ ਚੀਜ਼ਾਂ ਸਾਨੂੰ ਜਿਹੜੀ ਚੀਜ਼ ਜ਼ਰੂਰਤ ਨਾ ਹੋਵੇ ਸਾਨੂੰ ਨਹੀਂ ਪਾਉਣੀ ਚਾਹੀਦੀ। ਸਾਡਾ ਸ਼ੋਤਾ ਜੁੜ ਗਏ ਨੇ, ਹਾਂਜੀ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਭੋਲਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਜੀ। ਕਦੇ ਉਹ ਕਹਿੰਦਾ ਜੀ ਜੇ ਆਪਾਂ ਨੂੰ ਜ਼ਰੂਰੀ ਚੀਜ਼ਾਂ ਜਿਹੜੀਆਂ ਜੇ ਉਹੀ ਆਪਾਂ ਵਰਤੋਂ ਕਰਦੇ ਫਿਰ ਹੀ ਜ਼ਰੂਰੀ ਨਹੀਂ ਵੀ ਆਪਾਂ ਮੱਲੋ ਮੱਲੀ ਕੋਈ ਹੋਰ ਚੀਜ਼ ਚਲਾ ਲਈ ਹੋਰ ਚਲਾ ਲਈ। ਹੁਣ ਕਈ ਵਾਰੀ ਫੋਨ ਆਉਂਦਾ ਜੀ ਤੇ ਇੱਕ ਠੰਡ ਟਾਈਮ ਤੇ ਲੋਕ ਆਉਂਦੇ ਆ ਫੋਨ ਕਹਿੰਦੇ ਮੈਂ ਬੈਂਕ ਮੈਨੇਜਰ ਬੋਲ ਰਿਹਾ ਤੁਹਾਡਾ ਏਟੀਐਮ ਕਾਰਡ ਦਾ ਨੰਬਰ ਦਿਓ ਜੀ, ਤੇ ਉਹ ਮੁੜ ਕੇ ਜੀ ਏਟੀਐਮ ਕਾਰਡ ਦਾ ਨੰਬਰ ਲੈ ਕੇ ਪੈਸੇ ਕੱਢ ਲੈਂਦੇ ਮਿੰਟ ਮਾਰਦੇ ਜੀ, ਉਹਦਾ ਨੰਬਰ ਵੀ ਚੱਲੀ ਜਾਂਦਾ, ਉਹਨੂੰ ਕੋਈ ਪੁਲਿਸ ਨਹੀਂ ਫੜਦੀ, ਕੋਈ ਕੁਝ ਨਹੀਂ ਫੜਦੀ ਜੀ। ਆਪਾਂ ਨੂੰ ਪਹਿਲੀ ਗੱਲ ਸੁਚੇਤ ਰਹਿਣਾ ਚਾਹੀਦਾ ਹੈ ਵੀ ਆਪਾਂ ਏਟੀਐਮ ਜਿਹੜੀ ਕੋਈ ਗੱਲ ਹੈ ਬੈਂਕ ਵਾਲੀ ਹੈ ਜਾਂ ਕੁਛ ਹੈ ਉਹ ਬੈਂਕ ਜਾ ਕੇ ਹੀ ਸਾਨੂੰ ਰਿਵੀਲ ਕਰਨੀ ਚਾਹੀਦੀ ਹੈ, ਅਤੇ ਜੇ ਕੋਈ ਇਸ ਤਰ੍ਹਾਂ ਬਾਈ ਚਾਂਸ ਹੋ ਗਿਆ ਤਾਂ ਫਿਰ ਤਾਂ ਇਹਦੀ ਪੂਰੀ ਇਨਵੈਸਟੀਗੇਸ਼ਨ ਤਾਂ ਸਾਈਬਰ ਸੈੱਲ ਉਹੀ ਦੇਖ ਸਕਦੇ ਹਨ, ਜਾਂ ਤਾਂ ਬੈਂਕ ਵਾਲਿਆਂ ਨਾਲ ਆਪਾਂ ਗੱਲ ਕਰੀਏ ਵੀ ਸਾਡੀ ਇਸ ਤਰ੍ਹਾਂ ਉਹ ਸਾਡੀ ਮਦਦ ਕਰਨ ਇਹਦੇ ਵਿੱਚ, ਅਤੇ ਨਾਲ ਜਾਂ ਸਾਈਬਰ ਸੈੱਲ ਵਾਲੇ ਜਿਹੜਾ ਕ੍ਰਿਮੀਨਲ ਹੈ ਉਹਨੂੰ ਫੜਿਆ ਜਾ ਸਕੇ। ਸੁਰੇਸ਼ ਸਾਹਿਬ, ਅਸੀਂ ਪ੍ਰੋਗਰਾਮ ਦੇ ਇਖਤਦਾਮ ਵੱਲ ਵੱਧ ਰਹੇ ਹਾਂ ਤਾਂ ਮੈਂ ਚਾਹੂੰਗਾ ਕਿ ਤੁਸੀਂ ਸਾਡੇ ਸ਼ਰੋਤਾਂ ਨੂੰ ਇੱਕ ਐਸਾ ਮੈਸੇਜ ਦਿਓ ਕਿ ਉਹ ਕਿਹੜੇ ਐਸੇ ਤਰੀਕੇ ਨੇ ਜਾਂ ਉਹ ਕਿਹੜੀਆਂ ਐਸੇ ਮੈਸ਼ਰਸ ਨੇ ਜਿਹਦੇ ਨਾਲ ਇਹ ਜਿਹੜਾ ਸਾਈਬਰ ਕ੍ਰਾਈਮ ਹੈ ਉਹ ਤੋਂ ਇੱਕ ਆਮ ਆਦਮੀ ਬਚਿਆ ਰਹੇ, ਸੌਖੇ ਜਿਹੇ ਸ਼ਬਦਾਂ ਵਿੱਚ, ਅਤੇ ਉਹ ਕਿੰਨੀ ਸੁਚੇਤਤਾ ਜਿਹੜੀ ਹੈ ਉਹ ਇੱਕ ਆਮ ਕਸਟਮਰ ਜਿਹੜਾ ਹੈ, ਇੱਕ ਆਮ ਸ਼ਰੋਤਾ ਹੈ, ਇੱਕ ਆਮ ਸਿਟੀਜ਼ਨ ਹੈ, ਉਹਨੂੰ ਵਰਤਣੀ ਚਾਹੀਦੀ ਹੈ। ਮੇਰੇ ਮੈਸੇਜ ਜਿਹੜਾ ਤੁਹਾਡੇ ਵੱਲੋਂ, ਮੇਰੇ ਵੱਲੋਂ ਸਾਰ ਰਹੀ ਹੈ ਚੀਜ਼ ਦਾ, ਜਿਸ ਤਰ੍ਹਾਂ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਸੀਂ ਅਣਜਾਣ ਬੰਦੇ ਵੱਲ ਨਹੀਂ ਝਾਕਦੇ, ਅਣਜਾਣ ਬੰਦੇ ਨਾਲ ਗੱਲ ਨਹੀਂ ਕਰਦੇ, ਉਸੇ ਤਰੀਕੇ ਸਾਨੂੰ ਸੋਸ਼ਲ ਮੀਡੀਆ 'ਤੇ ਜਾਂ ਸਾਨੂੰ ਇੰਟਰਨੈਟ ਯੂਜ਼ ਕਰਦੇ ਹੋਏ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ। ਕਿਸੇ ਦਾ ਫੋਨ ਆ ਜਾਏ ਤੁਸੀਂ ਪਾਸਵਰਡ ਨਾ ਸ਼ੇਅਰ ਕਰੋ, ਤੁਸੀਂ ਆਪਣੇ ਘਰ ਦੀ ਗੱਲ ਨਹੀਂ ਦੱਸੋਗੇ ਉਹਨਾਂ ਨੂੰ ਕਿ ਜਵੈਲਰੀ ਬਾਕਸ ਕਿੱਥੇ ਹੈ, ਉਸੇ ਤਰੀਕੇ ਨਾਲ ਤੁਸੀਂ ਪਾਸਵਰਡ ਨਹੀਂ ਸ਼ੇਅਰ ਕਰੋਗੇ। ਔਨਲਾਈਨ ਜਦ ਤੁਸੀਂ ਜਾਣਾ ਹੈ, ਕੋਈ ਤੁਸੀਂ ਯਾਰ ਮਿੱਤਰ ਬਣਾਉਂਦੇ ਹੋ, ਕੁਛ ਹੋ, ਜਿੰਨੇ ਕੁ ਰੀਅਲ ਲਾਈਫ 'ਚ ਹੈਗੇ ਉਸੇ ਤਰੀਕੇ ਨਾਲ ਉੱਥੇ ਵੀ ਉਹਨੂੰ ਸੀਮਿਤ ਰੂਪ ਦੇ ਵਿੱਚ ਯੂਜ਼ ਕਰੋ। ਆਪਣੇ ਪਾਸਵਰਡ ਸਟਰੋਂਗ ਰੱਖੋ, ਤੁਸੀਂ ਜਿੱਦਾਂ ਸੋਸ਼ਲ ਮੀਡੀਆ 'ਤੇ ਕੁਛ ਪਾਉਣਾ ਹੈ, ਫੋਟੋਗ੍ਰਾਫ ਵਗੈਰਾ ਪਾਣੀ ਹੈ, ਉਹਦੀ ਸੈਟਿੰਗਸ ਹੁੰਦੀਆਂ ਕਿ ਤੁਸੀਂ ਕਿਹੜੇ ਕਿਹੜੇ ਲੋਕ ਉਹਨੂੰ ਦੇਖ ਸਕਦੇ ਆ, ਉਹਨੂੰ ਜਿੰਨੇ ਕੁ ਲੋਕਾਂ ਤੱਕ ਸੀਮਿਤ ਰੱਖ ਸਕਦੇ ਹੋ ਉੱਥੇ ਉਹਨੂੰ ਰੱਖਣ ਦੀ ਆਪਾਂ ਕੋਸ਼ਿਸ਼ ਕਰੀਏ। ਬਹੁਤ ਬਹੁਤ ਧੰਨਵਾਦ ਸਾਡਾ, ਸਾਡੇ ਨਾਲ ਦੋ ਮਾਹਿਰ ਸੀ, ਉਹਨਾਂ ਨੇ ਅੱਜ ਦੀ ਇਸ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਸਾਨੂੰ ਪੂਰਾ ਵਿਸਥਾਰ ਨਾਲ ਦੱਸਿਆ ਕਿ ਇਸ ਸੋਸ਼ਲ ਮੀਡੀਆ ਜਿਹਦੇ ਬਹੁਤ ਲਾਭ ਹੈ, ਅਸੀਂ ਉਸ ਨੂੰ ਕਿਵੇਂ ਵਰਤ ਕੇ ਆਪਣੇ ਆਪ ਨੂੰ ਮਹਿਫੂਜ਼ ਕਰ ਸਕਦੇ ਹਾਂ। ਸਾਰੇ ਸ਼ਰੋਤਿਆਂ ਦਾ ਬਹੁਤ ਬਹੁਤ ਧੰਨਵਾਦ।